ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੇ ਸਾਹਮਣੇ ਇੱਕ ਵਾਰ ਫੇਰ ਤੋਂ ਗੁਰਪ੍ਰੀਤ ਸਿੰਘ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਤੁਹਾਡੇ ਸਾਹਮਣੇ ਰੂਬਰੂ ਅੱਜ ਤੁਸੀਂ ਦੇਖ ਕੇ ਸਮਝ ਹੀ ਗਏ ਹੋਵੋਗੇ ਕਿ ਅੱਜ ਦਾ ਟੌਪਿਕ ਜਿਹੜਾ ਮੇਨ ਅਹਿਮ ਟੌਪਿਕ ਮੇਰੇ ਨਾਲ ਅੱਜ ਮੈਂ ਲੈ ਕੇ ਆਇਆ ਤੁਹਾਡੇ ਸਾਹਮਣੇ ਕਿਉਂਕਿ ਬਹੁਤ ਸਾਰੇ ਮੈਸੇਜਸ ਆ ਰਹੇ ਸੀ ਕਿ ਅਸੀਂ ਆਸਟ੍ਰੇਲੀਆ ਬਾਰੇ ਗੱਲ ਕਰੀਏ, ਆਸਟ੍ਰੇਲੀਆ ਦੇ ਕੀ ਅਪਡੇਟਸ ਹੈਗੇ ਨੇ ਉਹਦੇ ਬਾਰੇ ਗੱਲ ਕਰੀਏ, ਆਸਟ੍ਰੇਲੀਆ ਦੀ ਮਾਰਕੀਟ ਕਿਵੇਂ ਹੈਗੀ ਹੈ ਉਹਦੇ ਬਾਰੇ ਗੱਲ ਕਰੀਏ, ਕੀ ਸਟੂਡੈਂਟ ਦੀ ਪ੍ਰੈਫਰੈਂਸ ਬਣੇਗੀ ਆਸਟ੍ਰੇਲੀਆ, ਸਟੂਡੈਂਟ ਨੂੰ ਕਿਸ ਤਰ੍ਹਾਂ ਦੇ ਚੀਜ਼ਾਂ ਦਾ ਸਾਹਮਣਾ ਕਰਨਾ ਪਏਗਾ ਆਸਟ੍ਰੇਲੀਆ ਵੀਜ਼ਾ ਦੇ ਲਈ, ਨਾਲ ਨਾਲ ਆਸਟ੍ਰੇਲੀਆ ਦੇ ਵਿੱਚ ਯੂਨੀਵਰਸਿਟੀਆਂ ਕਾਲਜ ਕਿਵੇਂ ਹੈਲਪ ਕਰ ਰਹੇ ਨੇ, ਕੀ ਆਸਟ੍ਰੇਲੀਆ ਦੀ ਜਿਹੜੀ ਇਮੀਗ੍ਰੇਸ਼ਨ ਇੰਡਸਟਰੀ ਆ ਉਹਨੂੰ ਕਿੱਦਾਂ ਇਫੈਕਟ ਪਿਆ, ਜਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕਾਲਜ ਔਰ ਯੂਨੀਵਰਸਿਟੀ ਹੈਗੇ ਨੇ ਉਹ GT ਕ੍ਰਾਈਟੀਰੀਆ ਨੂੰ ਕਿਵੇਂ ਵੇਖਣਗੇ, ਕੀ ਕੋਈ ਰਿਲੈਕਸੇਸ਼ਨ ਮਿਲੇਗੀ ਸਟੂਡੈਂਟ ਨੂੰ, ਜਾਂ ਇਸ ਤੋਂ ਵੀ ਜ਼ਿਆਦਾ ਟਾਈਟ ਹੋਣ ਦੀ ਸੰਭਾਵਨਾ ਹੈ ਰੂਲਸ ਐਂਡ ਰੈਗੂਲੇਸ਼ਨ ਦੀ। ਇਹ ਸਾਰੀਆਂ ਚੀਜ਼ਾਂ ਦੇ ਨਾਲ ਮੈਂ ਅੱਜ ਤੁਹਾਡੇ ਸਾਹਮਣੇ ਉਪਸਥਿਤ ਹਾਂ ਨਾਲ ਇਸ YouTube ਚੈਨਲ ਦੇ ਜ਼ਰੀਏ। ਜੇ ਤੁਸੀਂ ਸਾਡੇ YouTube ਚੈਨਲ ਦੇ ਉੱਤੇ ਨਵੇਂ ਹੋ ਤੇ ਤੁਸੀਂ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਨੋਟੀਫਿਕੇਸ਼ਨ ਹੈ ਕਿਸੇ ਵੀ ਕੰਟਰੀ ਦੇ ਰਿਲੇਟਡ ਹੈ, ਕੋਈ ਵੀ ਅਪਡੇਟ ਕਿਸੇ ਵੀ ਹਾਈ ਕਮਿਸ਼ਨ ਤੋਂ, ਚਾਹੇ ਉਹ ਕੈਨੇਡੀਅਨ ਹਾਈ ਕਮਿਸ਼ਨ ਹੋਵੇ, ਆਸਟ੍ਰੇਲੀਅਨ ਹਾਈ ਕਮਿਸ਼ਨ ਹੋਵੇ, ਜਾਂ US ਤੋਂ ਹੋਵੇ, ਜਾਂ ਕਿਸੇ ਤੋਂ ਵੀ, ਉਹ ਜਿਹੜੀ ਤੁਹਾਡੇ ਨਾਲ ਅਪਡੇਟ ਅਸੀਂ ਸ਼ੇਅਰ ਕਰ ਪਾਈਏ, ਤੁਹਾਡੇ ਨਾਲ ਗੱਲਬਾਤ ਕਰ ਪਾਈਏ। ਜੇ ਤੁਸੀਂ ਸਾਡੇ ਨਾਲ ਗੱਲ ਕਰਨਾ ਚਾਹੁੰਦੇ ਹੋ ਤੇ 9403-9400-9904-139-0412 ਦੇ ਉੱਤੇ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਅੱਜ ਇਸ ਸ਼ੋਅ ਦੇ ਜ਼ਰੀਏ ਵੀ ਤੁਸੀਂ ਜੁੜ ਸਕਦੇ ਹੋ ਸਾਡੇ ਨਾਲ ਲਾਈਵ ਕਾਲ ਦੇ ਵਿੱਚ, ਲਾਈਵ ਆਪਣੇ ਸਵਾਲਾਂ ਦੇ ਜਵਾਬ ਲੈ ਸਕਦੇ ਹੋ, ਲਾਈਵ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ, ਪ੍ਰੋਫਾਈਲ ਡਿਸਕਸ਼ਨ ਕਰਾਂਗੇ, ਤੁਹਾਡੇ ਕਮੈਂਟਸ ਨੂੰ ਵੀ ਲੈਣ ਦੀ ਕੋਸ਼ਿਸ਼ ਕਰਾਂਗਾ। ਕਾਲਸ ਆਣੀਆਂ ਆਲਰੇਡੀ ਸ਼ੁਰੂ ਹੋ ਗਈਆਂ ਨੇ ਪਰ ਮੈਂ 5 ਮਿੰਟ ਦੇ ਬਾਅਦ ਜਿਹੜੀਆਂ ਕਾਲਸ ਨੂੰ ਅਟੈਂਪਟ ਕਰਨਾ ਸ਼ੁਰੂ ਕਰਾਂਗਾ, ਲੈਣਾ ਸ਼ੁਰੂ ਕਰਾਂਗਾ, ਕੋਸ਼ਿਸ਼ ਕਰਾਂਗਾ ਕਿ ਮੈਂ ਤੁਹਾਡੀ ਸਾਰੀਆਂ ਕਾਲਸ ਨੂੰ ਲਵਾਂ ਔਰ ਮੈਕਸੀਮਮ ਤੁਹਾਡੇ ਸਵਾਲਾਂ ਦੇ ਜਵਾਬ ਦੇਵਾਂ ਜਿਹੜੇ ਤੁਸੀਂ ਕਮੈਂਟ ਬਾਕਸ ਦੇ ਜ਼ਰੀਏ ਸਾਡੇ ਨਾਲ ਸ਼ੇਅਰ ਕਰਦੇ ਹੋ, ਔਰ ਤੁਸੀਂ ਸਾਡੇ ਨਾਲ ਮੇਲਸ ਕਰਦੇ ਹੋ। ਤੁਸੀਂ info@landmarkimmigration.com ਤੇ ਕਾਫੀ ਮੇਲਸ ਕਰ ਰਹੇ ਹੋ ਪ੍ਰੋਫਾਈਲ ਨੂੰ ਅਸੈਸਮੈਂਟ ਕਰਾਉਣ ਦੇ ਲਈ, ਉਹਦੇ ਵਿੱਚ ਜੋ ਸਵਾਲ ਆਏ ਨੇ ਉਹਨਾਂ ਦੇ ਜਵਾਬ ਵੀ ਦੇਵਾਂਗਾ, ਤੁਹਾਡੇ ਕਮੈਂਟਸ ਦੇ ਜਵਾਬ ਵੀ ਦੇਵਾਂਗਾ। ਤੁਸੀਂ ਲੈਂਡਮਾਰਕ ਇਮੀਗ੍ਰੇਸ਼ਨ ਨਾਲ ਆਨਲਾਈਨ ਵੀ ਬਣ ਸਕਦੇ ਹੋ, ਜੇ ਤੁਸੀਂ ਆਪਣੇ ਘਰ ਬੈਠੇ ਹੀ ਕੰਸਲਟੇਸ਼ਨ ਲੈਣਾ ਚਾਹੁੰਦੇ ਹੋ ਕਿ ਆਪਣੀ ਫੈਮਿਲੀ ਦੇ ਨਾਲ ਬੈਠ ਕੇ ਕੰਸਲਟੇਸ਼ਨ ਲੈ ਕੇ ਪੂਰਾ ਡਿਸਾਈਡ ਕਰਕੇ ਫਿਰ ਤੁਸੀਂ ਲੈਂਡਮਾਰਕ ਦੇ ਵਿੱਚ ਵਿਜ਼ਿਟ ਕਰਨਾ ਚਾਹੁੰਦੇ ਹੋ ਡਾਇਰੈਕਟਲੀ ਟੂ ਅਪਲਾਈ, ਤੁਸੀਂ ਆਪਣੇ ਘਰ ਬੈਠੇ ਕਾਉਂਸਲਿੰਗ ਲੈਣਾ ਚਾਹੁੰਦੇ ਹੋ, ਸਾਡੀ ਜਿਹੜੀ ਐਕਸਪਰਟ ਟੀਮ ਹੈ ਜਾਂ ਮੈਂ ਨਾਲ ਹੋ ਗਿਆ, ਤੁਸੀਂ ਸਾਡੀ ਅਪੁਆਇੰਟਮੈਂਟ ਲੈਣਾ ਚਾਹੁੰਦੇ ਹੋ ਤੇ ਅਸੀਂ ਆਨਲਾਈਨ ਵੀ ਤੁਹਾਡੇ ਰੂਬਰੂ ਆ ਸਕਦੇ ਹਾਂ, ਔਰ ਨਾਲ ਨਾਲ ਤੁਸੀਂ ਆਫਿਸ ਵਿੱਚ ਆ ਕੇ ਵੀ ਸਾਡੇ ਨਾਲ ਅਪੁਆਇੰਟਮੈਂਟ ਬੁੱਕ ਕਰ ਸਕਦੇ। ਜਿਵੇਂ ਦੇਖ ਰਿਹਾ ਬਹੁਤ ਸਾਰੇ ਮੈਸੇਜਸ ਆ ਰਹੇ ਨੇ ਕਿ ਗੈਪ ਦੀ ਐਕਸੈਪਟੇਬਿਲਿਟੀ ਆਸਟ੍ਰੇਲੀਆ ਦੇ ਵਿੱਚ ਕੀ ਹੋਏਗੀ, ਆਸਟ੍ਰੇਲੀਆ ਕਿਵੇਂ ਰਹੇਗਾ, ਕੈਨੇਡਾ ਦੇ ਲਈ ਉਦੋਂ ਆਣਗੇ, AIP ਨੂੰ ਲੈ ਕੇ ਬਹੁਤ ਕਸ਼ਮਕਸ਼ ਬਣੀ ਹੋਈ ਹੈ ਕਿ 3 ਅਗਸਤ ਨੂੰ AIP ਜਿਹੜੇ ਅਵੇਟਡ ਸੀ ਕਿ ਉਹਨਾਂ ਦਾ ਹੁਣ ਸੀਨ ਕੀ ਹੈ ਕਿ ਕਦੋਂ ਤੱਕ AIP ਆਣਗੇ, ਸਾਰਿਆਂ ਬਾਰੇ ਗੱਲ ਕਰਾਂਗੇ। ਅੱਜ ਮੇਰਾ ਮੁੱਖ ਟੌਪਿਕ ਹੋਏਗਾ ਆਸਟ੍ਰੇਲੀਆ ਬਾਰੇ ਡਿਸਕਸ਼ਨ ਕਰਾਂਗਾ, ਉਸ ਤੋਂ ਬਾਅਦ ਨਾਲ ਨਾਲ ਸਾਰੇ ਪੁਆਇੰਟਸ ਲਵਾਂਗਾ। ਤੁਸੀਂ ਇਸ ਵੀਡੀਓ ਦੇ ਐਂਡ ਤੱਕ ਬਣੇ ਰਹੋ ਤਾਂ ਕਿ ਜਿਹੜੇ ਸਾਰੇ ਪੁਆਇੰਟਸ ਆ ਸਾਰੇ ਡਾਊਟਸ ਹੈ ਤੁਹਾਡੇ ਕਲੀਅਰ ਹੋ ਸਕਣ। ਆਸਟ੍ਰੇਲੀਆ ਜਿੱਥੇ ਦੇਖਿਆ ਜਾਂਦਾ ਹੈ ਕੈਨੇਡਾ ਨੂੰ, ਜੇ ਕੈਨੇਡਾ 21 ਬਿਲੀਅਨ ਦੀ ਇੰਡਸਟਰੀ ਹੈਗੀ ਹੈ ਸਟੱਡੀ ਵੀਜ਼ਾ ਦੇ ਰਿਲੇਟਡ, ਤਾਂ ਆਸਟ੍ਰੇਲੀਆ 40 ਬਿਲੀਅਨ ਤੋਂ ਵੀ ਪਲੱਸ ਦੀ ਇੰਡਸਟਰੀ ਹੈਗੀ ਹੈ ਫਾਰ ਸਟੂਡੈਂਟ ਐਜੂਕੇਸ਼ਨ। ਸੋ ਮੈਨੂੰ ਲੱਗਦਾ ਜਿੱਥੇ 2.5 ਲੱਖ ਤੋਂ ਵੱਧ ਲੋਕ ਇਸ ਪ੍ਰੋਫੈਸ਼ਨ ਨਾਲ ਜੁੜੇ ਹੋਏ ਨੇ, 2.5 ਲੱਖ ਤੋਂ ਵੱਧ ਇੰਪਲੋਈਜ਼ ਹੈ ਜਿਹੜੇ ਇਸ ਇਹਦੇ ਬਿਜ਼ਨਸ ਦੇ ਨਾਲ ਜੁੜੇ ਨੇ, ਕਾਲਜਸ ਦੇ ਨਾਲ ਜੁੜੇ ਨੇ, ਯੂਨੀਵਰਸਿਟੀ ਦੇ ਨਾਲ ਜੁੜੇ ਨੇ, ਹਾਈ ਕਮਿਸ਼ਨ ਦੇ ਨਾਲ ਜੁੜੇ ਨੇ, ਜਿਹੜੇ ਕਿ ਚੀਜ਼ਾਂ ਅੱਗੇ ਥਰੂ ਕਰਦੇ ਆ, ਵੀਜ਼ਾਸ ਆਉਂਦੇ ਆ, ਸਟੂਡੈਂਟ ਨੂੰ ਪੜ੍ਹਾਉਂਦੇ ਆ, ਫੈਕਲਟੀਜ਼ ਹੈ, ਇਹ ਸਾਰੀਆਂ ਚੀਜ਼ਾਂ। ਐਡੀ ਵੱਡੀ ਇੰਡਸਟਰੀ ਹੋਣ ਦੇ ਬਾਵਜੂਦ ਕੀ ਇਹਦੇ ਤੇ ਕੀ ਅਸਰ ਪੈ ਰਿਹਾ, ਹੁਣ ਅੱਗੇ ਆਉਣ ਵਾਲਾ ਸਮਾਂ ਕੀ ਕਹਿੰਦਾ ਆਸਟ੍ਰੇਲੀਆ ਦਾ, ਆਸਟ੍ਰੇਲੀਆ ਕਿਸ ਕਰਵਟ ਬੈਠੇਗਾ। ਮੈਂ ਬਿਲਕੁਲ ਕਾਲ ਲੈਣੀਆਂ ਸ਼ੁਰੂ ਕਰਾਂਗਾ, ਕਾਲਸ ਮੈਨੂੰ ਆਲਰੇਡੀ ਆਉਣੀਆਂ ਸ਼ੁਰੂ ਹੋ ਗਈਆਂ ਨੇ। ਸੋ ਆਸਟ੍ਰੇਲੀਆ ਦੇ ਅਪਡੇਟਸ ਨੇ ਕਿ ਆਸਟ੍ਰੇਲੀਆ ਜਾਂ ਵੀਜ਼ਾ ਮਲਟੀਪਲ ਲੋਕੇਸ਼ਨ ਤੇ ਦੇਣਾ ਸ਼ੁਰੂ ਕਰੇਗਾ, ਆਸਟ੍ਰੇਲੀਆ ਮਲਟੀਪਲ ਲੋਕੇਸ਼ਨ ਦੇ ਉੱਤੇ ਵੀਜ਼ਾ ਦੇਣੇ ਸ਼ੁਰੂ ਕਰੇਗਾ ਤਾਂ ਕਿ ਸਟੂਡੈਂਟ ਨੂੰ ਕੋਈ ਕਿਸੇ ਖੱਜਲ ਪਾਉਣ ਦਾ ਸਾਹਮਣਾ ਨਾ ਕਰਨਾ ਪਵੇ, ਡਾਇਰੈਕਟਲੀ ਅਪਲਾਈ ਕਰੇ ਕਿਸੇ ਵੀ ਲੋਕੇਸ਼ਨ ਤੋਂ, ਕਿਸੇ ਵੀ ਲੋਕੇਸ਼ਨ 'ਚ
ਉਹਨੂੰ ਵੀਜ਼ਾ ਦਿੱਤੇ ਜਾਣਗੇ। ਸੋ ਮੈਂ ਤੁਹਾਡੀਆਂ ਕਾਲਸ ਜਿਹੜੀਆਂ ਵੀ ਸ਼ੁਰੂ ਕਰਾਂਗਾ, ਕਾਲਸ ਮੈਨੂੰ ਬੰਦ ਹੋਏ ਬੰਦ ਆ ਰਹੀਆਂ ਨੇ। ਸਪੋਜ਼ ਬਹੁਤ ਵੱਡਾ ਡਿਸੀਜਨ ਹੁੰਦਾ ਜਦੋਂ ਅੰਬੈਸੀ ਕਹਿੰਦੀ ਹੈ ਕਿ ਅਗਰ ਤੁਹਾਡਾ ਵੀਜ਼ਾ ਐਕਸਪਾਇਰ ਹੋ ਗਿਆ, ਤੁਸੀਂ ਬਾਹਰ ਹੈਗੇ ਹੋ ਕੰਟਰੀ ਤੋਂ ਔਰ ਵੀਜ਼ਾ ਐਕਸਟੈਂਸ਼ਨ ਲੈਣਾ ਚਾਹੁੰਦੇ ਹੋ ਜਾਂ ਕਿਤੇ ਵੀ ਹੋ, ਤੇ ਤੁਸੀਂ ਵਿਦਆਊਟ ਅੰਬੈਸੀ ਫੀਸ ਐਕਸਟੈਂਸ਼ਨ ਲੈ ਸਕਦੇ। ਇੱਕ ਬਹੁਤ ਵੱਡਾ ਕਦਮ ਹੈ ਆਸਟ੍ਰੇਲੀਅਨ ਹਾਈ ਕਮਿਸ਼ਨ ਦਾ, ਜਿਹਦੇ ਕਰਕੇ ਸਟੂਡੈਂਟ ਦਾ ਹੋਰ ਜਿਹੜਾ ਟਰੱਸਟ ਆ ਉਹ ਬਿਲਡ ਹੋ ਗਿਆ ਆਸਟ੍ਰੇਲੀਅਨ ਗਵਰਨਮੈਂਟ ਦੇ ਵੱਲ, ਆਸਟ੍ਰੇਲੀਅਨ ਹਾਈ ਕਮਿਸ਼ਨ ਦੇ ਵੱਲ, ਕਿ ਆਉਣ ਵਾਲੇ ਸਮੇਂ ਦੇ ਵਿੱਚ ਇਕੱਲਾ ਕੈਨੇਡਾ ਹੀ ਨਹੀਂ, ਆਸਟ੍ਰੇਲੀਆ ਵੀ ਸਟੂਡੈਂਟ ਦਾ ਸਾਥ ਦੇਣ ਲਈ ਤਿਆਰ ਹੈ, ਆਸਟ੍ਰੇਲੀਆ ਵੀ ਸਟੂਡੈਂਟ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ, ਆਸਟ੍ਰੇਲੀਆ ਵੀ ਚਾਹੁੰਦਾ ਹੈ ਕਿ ਹੋਰ ਸਟੂਡੈਂਟ ਇਮੀਗ੍ਰੈਂਟਸ ਬਾਣ, ਆਸਟ੍ਰੇਲੀਆ ਵੀ ਚਾਹੁੰਦਾ ਹੈ ਕਿ ਮੈਕਸੀਮਮ ਸਟੂਡੈਂਟ ਪੜ੍ਹ ਕੇ ਇੱਥੇ ਬੈਨੀਫਿਟਸ ਲੈਣ ਔਰ ਅੱਗੇ ਜਾ ਕੇ ਪੱਕੇ ਹੋਣ ਜੇ ਉਹ ਰੂਲਸ ਐਂਡ ਰੈਗੂਲੇਸ਼ਨਸ ਦੇ ਅੰਦਰ ਆਪਣਾ ਸਾਰਾ ਐਕਸਟੈਂਸ਼ਨਸ ਰੱਖਦੇ ਨੇ। ਸੋ ਮੈਨੂੰ ਲੱਗਦਾ ਹੈ ਬਹੁਤ ਵੱਡੀ ਅਪਡੇਟ ਹੈ। ਨੈਕਸਟ ਅਪਡੇਟ ਹੈ, ਦੇਰ ਇਜ਼ ਨੋ ਆਲਨਿਕ, ਸਪੋਜ਼ ਜਿਵੇਂ ਆਇਆ ਕੰਪੈਰੀਜ਼ਨ ਹੀ ਦੇ ਰਿਹਾ ਮੈਂ ਇੱਕ ਤਰ੍ਹਾਂ ਦਾ ਕਿ ਕੈਨੇਡਾ ਦੇ ਵਿੱਚ ਆਇਆ ਕਿ ਯੈਸ ਤੁਸੀਂ ਅੱਗੇ ਵੱਧ ਸਕਦੇ ਹੋ, ਜੇ ਤੁਸੀਂ ਆਨਲਾਈਨ ਸਟੱਡੀਜ਼ ਕਰ ਸਕਦੇ ਹੋ ਤਾਂ ਤੁਸੀਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਜਿਹਨੂੰ PGWP ਕੈਨੇਡਾ ਚ ਕਹਿੰਦੇ ਆ ਔਰ ਆਸਟ੍ਰੇਲੀਆ ਚ PSW ਪੋਸਟ ਸਟੱਡੀ ਵਰਕ, ਕੋਈ ਇਫੈਕਟ ਨਹੀਂ ਆਏਗਾ ਜੇ ਤੁਸੀਂ ਆਨਲਾਈਨ ਆਪਣੀ ਸਟੱਡੀ ਨੂੰ ਕੰਟੀਨਿਊ ਕਰਦੇ ਹੋ। ਸੋ ਮੈਨੂੰ ਲੱਗਦਾ ਕਿ ਬਹੁਤ ਵੱਡਾ ਹੁੰਗਾਰਾ ਹੈ ਆਸਟ੍ਰੇਲੀਆ ਵੱਲੋਂ ਔਰ ਆਸਟ੍ਰੇਲੀਆ ਦੀ ਆਫਟਰ ਡਿਸਕਸ਼ਨ ਵਿਦ ਦ ਕਾਲਜਿਸ ਐਂਡ ਯੂਨੀਵਰਸਿਟੀ, ਜੋ ਸਾਡੀ ਕੁਛ ਦਿਨਾਂ ਦੇ ਵਿੱਚ ਡਿਸਕਸ਼ਨਸ ਹੋਈਆਂ ਨੇ, ਆਸਟ੍ਰੇਲੀਆ ਦੇ ਕਾਲਜਿਸ ਹੋਣ ਜਾਂ ਪਬਲਿਕ ਯੂਨੀਵਰਸਿਟੀ ਹੋਵੇ, ਉਹ ਡਿਸਕਸ਼ਨ ਦੇ ਵਿੱਚ ਇਹੀ ਸਾਹਮਣੇ ਆਇਆ ਹੈ ਕਿ ਇਸ ਦੌਰਾਨ ਜਿਹੜਾ ਇਸ ਟਾਈਮ ਜਿਹੜਾ ਅਕਤੂਬਰ ਇਨਟੇਕ ਚੱਲ ਰਿਹਾ, ਫਸਟ ਆਫ ਆਲ ਸਟੂਡੈਂਟ ਕੈਨ ਅਪਲਾਈ ਫੋਰ ਦਾ ਅਕਤੂਬਰ ਇਨਟੇਕ ਔਰ ਉਸ ਅਕਤੂਬਰ ਇਨਟੇਕ ਦੇ ਵਿੱਚ ਤਾਂ GTE ਰਿਲੈਕਸੇਸ਼ਨ ਹੈਗੀ ਹੈ, ਬਟ ਆਫਟਰ ਦੈਟ ਅਗਰ ਫੈਬਰੀ ਦੀ ਗੱਲ ਕਰਾਂ, ਨੈਕਸਟ ਇਨਟੇਕ ਇਸ ਫੈਬਰੀ ਆਫਟਰ ਦਾ ਅਕਤੂਬਰ ਇਨਟੇਕ, ਉਹ ਫੈਬ ਇਨਟੇਕ ਦੇ ਵਿੱਚ ਜਿਹੜੀ ਹੈ GTE ਕ੍ਰਾਈਟੀਰੀਆ ਟਾਈਟ ਹੋ ਜਾਏਗਾ ਫੋਰ ਪੰਜਾਬ ਸਟੂਡੈਂਟ। ਮੈਂ ਬੜੀ ਮੇਕ ਸ਼ੋਰ ਕਰਨਾ ਚਾਹੁੰਦਾ ਇਸ ਚੀਜ਼ ਨੂੰ, ਇਹ ਮੈਂ ਇਸ ਉਸ ਲੈਵਲ ਤੇ ਗੱਲ ਕਰ ਰਿਹਾ ਕਿ ਜਿਹੜੀ ਮੇਰੀ ਗੱਲ ਡਿਸਕਸ਼ਨ ਕਾਲਜ ਔਰ ਯੂਨੀਵਰਸਿਟੀਜ਼ ਨਾਲ ਹੋਈ ਹੈ, ਜੇ ਤੁਸੀਂ ਅਕਤੂਬਰ ਇਨਟੇਕ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਫਿਰ ਵੀ GTE ਕ੍ਰਾਈਟੀਰੀਆ ਰਿਲੈਕਸਡ ਹੈ। ਜੇ ਤੁਸੀਂ ਸੋਚ ਰਹੇ ਹੋ ਕਿ ਤੁਸੀਂ ਫੈਬ ਇਨਟੇਕ ਜਾਣਾ ਚਾਹੁੰਦੇ ਹੋ, ਅਗਲੇ ਸਾਲ ਦੇ ਵਿੱਚ ਪਲੈਨਿੰਗ ਕਰ ਰਹੇ ਹੋ 2021 ਦੇ ਵਿੱਚ, ਤੇ GTE ਕ੍ਰਾਈਟੀਰੀਆ ਟਾਈਟ ਹੋ ਸਕਦਾ ਆ। ਸੋ ਜਿਹੜੇ ਵੀ ਸਟੂਡੈਂਟ ਅਪਲਾਈ ਕਰਨਾ ਚਾਹੁੰਦੇ ਨੇ ਫੋਰ ਆਸਟ੍ਰੇਲੀਆ, ਤਾਂ ਮੈਂ ਰਿਕਮੈਂਡ ਕਰੂੰਗਾ ਕਿ ਰਾਈਟ ਨਾਓ ਆਲ ਆਪਸ਼ਨਸ ਆਰ ਅਵੇਲੇਬਲ, ਤੁਸੀਂ ਚਾਹੇ ਅੰਡਰ ਗ੍ਰੈਜੂਏਟ ਹੋ, ਤੁਸੀਂ ਬੈਚਲਰ ਡਿਗਰੀ ਦੀ ਭਾਲ ਵਿੱਚ ਹੋ, ਜਾਂ ਤੁਸੀਂ ਆਲਰੇਡੀ ਬੈਚਲਰਸ ਕਰ ਚੁੱਕੇ ਹੋ ਇੰਡੀਆ 'ਚ ਔਰ ਤੁਸੀਂ ਮਾਸਟਰ ਡਿਗਰੀ ਲਈ ਸੋਚ ਰਹੇ ਹੋ, ਤੇ ਡੈਫੀਨੇਟਲੀ ਯੂ ਕੈਨ ਅਪਲਾਈ ਫੋਰ ਦਾ ਅਕਤੂਬਰ ਇਨਟੇਕ ਐਂਡ ਇਸ ਅ ਪ੍ਰੈਫਰ ਇਨਟੇਕ। ਤੁਸੀਂ ਕਿਸੇ ਵੀ ਲੋਕੇਸ਼ਨ ਦੇ ਵਿੱਚ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ, ਬ੍ਰਿਸਬੇਨ ਵਿੱਚ ਜਾਣਾ ਚਾਹੁੰਦੇ ਹੋ, ਐਡੀਲੇਡ ਵਿੱਚ ਜਾਣਾ ਚਾਹੁੰਦੇ ਹੋ, ਸਿਡਨੀ, ਮੈਲਬਰਨ, ਪਰਥ ਵਿੱਚ ਜਾਣਾ ਚਾਹੁੰਦੇ ਹੋ, ਗੋਲਡ ਕੋਸਟ ਜਾਣਾ ਚਾਹੁੰਦੇ ਹੋ, ਹਰ ਆਪਸ਼ਨਸ ਦੀ ਅਵੇਲੇਬਿਲਿਟੀ ਹੈਗੀ ਹੈ, ਕੋਈ ਪ੍ਰੋਬਲਮ ਆਉਣ ਵਾਲੀ ਨਹੀਂ ਹੈ। ਨਾਲ ਨਾਲ ਜਿਹੜਾ ਅਪਡੇਟ ਹੈ ਕਿ ਇੰਗਲਿਸ਼ ਦੇ ਜਿਹੜੇ ਐਗਜ਼ਾਮ ਹੈ, ਸਪੋਜ਼ ਕਿਤੇ ਫਾਈਨਲ ਲੱਗੀਆਂ ਹੋਈਆਂ ਨੇ ਔਰ ਉਹਨਾਂ ਦੀ ਆਇਲਸ ਐਕਸਪਾਇਰ ਹੋਣ ਦੇ ਕਗਾਰ ਤੇ ਹੈ, ਤੇ ਉਹ ਬਿਲਕੁਲ ਅਕੋਮੋਡੇਟ ਕਰਨਗੇ ਉਹਨਾਂ ਸਟੂਡੈਂਟਸ ਨੂੰ ਵੀ ਜਿਹਨਾਂ ਦੇ ਵਿੱਚ ਇਹ ਪ੍ਰੋਬਲਮ ਆ ਰਹੀ ਹੈ, ਉਹਨਾਂ ਨੂੰ ਬਿਲਕੁਲ ਉਹਨਾਂ ਦੇ ਆਇਲਸ ਨੂੰ ਵੈਲਿਡਿਟੀ ਦਿੱਤੀ ਜਾਏਗੀ ਔਰ ਉਹਦੇ ਬੇਸਿਸ ਦੇ ਉੱਤੇ ਉਹਨਾਂ ਨੂੰ ਰਿਜ਼ਲਟ ਵੀ ਦਿੱਤੇ ਜਾਣਗੇ। ਤਿਮਾਨ ਮਨਜੀਤ ਜੀ ਕਹਿ ਰਹੇ ਨੇ ਕਿ ਗੈਪ ਦੀ ਐਕਸੈਪਟੇਬਿਲਿਟੀ ਕੀ ਹੋਏਗੀ ਆਸਟ੍ਰੇਲੀਆ ਲਈ, ਤਾਂ ਤਿਮਾਨ ਜੀ ਮੈਂ ਕੋਈ ਗੱਲ ਕਹਿਣਾ ਚਾਹੁੰਦਾ ਕਿ ਗੈਪ ਆਸਟ੍ਰੇਲੀਆ ਨਾ ਤਾਂ ਸ਼ੁਰੂ ਚ ਐਕਸੈਪਟ ਕਰਦਾ ਸੀ ਨਾ ਹੁਣ ਕਰਦਾ ਆ, ਉਹਨੂੰ ਫਰੈਸ਼ ਪਾਸ ਆਊਟ ਜਾਂ ਇੱਕ ਸਾਲ ਡੇਢ ਸਾਲ ਦੇ ਗੈਪ ਤੇ ਅੰਡਰ ਗ੍ਰੈਜੂਏਟ ਸਟੂਡੈਂਟ ਕੈਨ ਅਪਲਾਈ, ਔਰ ਅਗਰ ਤੁਸੀਂ ਜਾਣਾ ਚਾਹੁੰਦੇ ਹੋ ਗ੍ਰੈਜੂਏਟ ਔਰ ਮਾਸਟਰਸ ਲਈ ਜਾਣਾ ਚਾਹੁੰਦੇ ਹੋ ਔਰ ਤੁਹਾਡੇ ਕੋਲ ਸਾਰਾ ਕੁਝ ਬੈਂਕ 'ਚ ਹੈ, ਸੈਲਰੀ ਬੈਂਕ 'ਚ ਹੈ, ਸਭ ਕੁਝ ਜੈਨੂਅਨ ਹੈ, ਦੈਨ ਡੈਫੀਨੇਟਲੀ ਤੁਸੀਂ 5-6-7 ਸਾਲ ਦੇ ਗੈਪ ਨਾਲ ਵੀ ਅਪਲਾਈ ਕਰ ਸਕਦੇ ਹੋ ਆਸਟ੍ਰੇਲੀਆ, ਕੋਈ ਦਿੱਕਤ ਵਾਲੀ ਗੱਲ ਨਹੀਂ ਹੈ, ਬਟ ਜਸਟੀਫਿਕੇਸ਼ਨ ਆਫ ਦਾ ਗੈਪ ਸ਼ੁੱਡ ਬੀ ਦੇਅਰ। ਤੋ ਮੈਂ ਤੁਹਾਨੂੰ ਇਹ ਕਹੂੰਗਾ ਤੇ ਮਾਂ ਜੀ ਇਹਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ, ਗੈਪ ਦਾ ਕੋਈ ਇਸ਼ੂ ਨਹੀਂ ਹੈ। ਰਾਹੁਲ ਪੁੱਲਰ ਜੀ AIP ਔਰ ਕੈਨੇਡਾ ਦੇ ਬੜੀ ਹੀ ਜਲਦੀ ਸ਼ੇਅਰ ਹੋਣ ਵਾਲੇ ਆ ਤੁਹਾਡੇ ਨਾਲ, ਪੂਰੀ ਇੰਡਸਟਰੀ ਵੇਟ ਕਰ ਰਹੀ ਹੈ AIP ਦਾ ਔਰ ਮੈਨੂੰ ਲੱਗਦਾ ਕਿ ਸਭ ਤੋਂ ਪਹਿਲਾਂ ਜਿਹੜੇ ਇਸ ਮੰਚ ਦੇ ਉੱਤੇ AIP ਲੈਂਡਮਾਰਕ ਇਮੀਗ੍ਰੇਸ਼ਨ ਲੈ ਕੇ ਆਏਗਾ ਫੋਰ ਕੈਨੇਡਾ, ਐਂਡ ਆਈ ਐਮ ਸ਼ੋਰ ਵੈਰੀ ਸੂਨ ਵੀ ਵਿਲ ਸ਼ੇਅਰ ਦਾ AIP ਵਿਦ ਸਕਰੀਨ, ਸ਼ੇਅਰ ਕਰਾਂਗੇ ਤੁਹਾਡੇ ਨਾਲ ਔਰ ਤੁਹਾਨੂੰ ਦਿਖਾਵਾਂਗੇ AIP ਆਏ ਹੋਏ, ਐਸ ਆਲਰੇਡੀ ਅਸੀਂ ਸ਼ੇਅਰ ਕਰ ਚੁੱਕੇ ਹਾਂ ਟੂਰਿਸਟ ਵੀਜ਼ਾ ਆਇਆ ਹੋਇਆ ਕੈਨੇਡਾ ਦਾ,
ਜਿਹੜਾ ਕਿ ਸਾਡਾ 22 ਜੁਲਾਈ ਨੂੰ ਆਇਆ ਸੀਗਾ ਸੋ ਅਸੀਂ ਤੁਹਾਡੇ ਸਾਹਮਣੇ ਆਲਰੇਡੀ ਕਰ ਰਹੇ ਹਾਂ ਮਤਲਬ 22 ਜੁਲਾਈ ਨੂੰ ਇੱਕ ਵੀਜ਼ਾ ਆਇਆ ਇੱਕ ਬਹੁਤ ਪੋਜ਼ਿਟਿਵ ਥਾਟ ਹੈ ਕਿ ਕੈਨੇਡਾ ਅਗਰ ਟੂਰਿਸਟ ਨੂੰ ਵੀਜ਼ਾ ਦੇ ਸਕਦਾ ਤੇ ਸਟੂਡੈਂਟ ਨੇ ਕਿਹੜੇ ਬਾਹ ਮਾਰੇ ਹੋਏ ਆ ਮਤਲਬ ਸਟੂਡੈਂਟ ਦੇ ਵੀਜ਼ੇ ਵੀ ਆਉਣ ਵਾਲੇ ਹੈ ਸੋ ਥੋੜਾ ਜਿਹਾ ਪੇਸ਼ੈਂਸ ਰਹਿ ਗਿਆ ਹੈ ਥੋੜਾ ਜਿਹਾ ਇਹ ਲੈਵਲ ਨੂੰ ਬਰਕਰਾਰ ਰੱਖਣਾ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ AIP ਵੇਖਣ ਨੂੰ ਮਿਲਣਗੇ ਔਰ ਪਰ ਮੈਂ ਇੱਕ ਚੀਜ਼ ਕਹਿ ਦਿੰਦਾ ਜਿਹੜੇ ਸਟੂਡੈਂਟ ਅੱਜ ਵੇਟ ਕਰ ਰਹੇ ਆ ਕਿ ਅਸੀਂ AIP ਦਾ ਵੇਟ ਕਰ ਲਈਏ ਔਰ ਲੇਟਰ ਔਨ ਅਪਲਾਈ ਕਰਾਂਗੇ ਉਸ ਚੀਜ਼ ਨੂੰ ਵੇਖਦੇ ਹੋਏ ਮੈਂ ਸ਼ੋਰ ਹਾਂ ਕਿ ਉਹਨਾਂ ਨੂੰ ਸੀਟ ਨਹੀਂ ਮਿਲਣੀ ਉਹਨਾਂ ਦੇ ਮਨ ਚਾਹੇ ਕਾਲਜ ਦੇ ਵਿੱਚ ਮਨ ਚਾਹੇ ਪ੍ਰੋਗਰਾਮ ਦੇ ਵਿੱਚ ਕਿਉਂਕਿ ਹੋੜ ਲੱਗਣੀ ਹੈ ਇੱਕਦਮ ਔਰ ਫਿਰ ਸੀਟ ਦੀ ਕਮੀ ਆ ਜਾਣੀ ਹੈ ਮੈਂ ਸਟੂਡੈਂਟ ਨੂੰ ਐਡਵਾਈਸ ਕਰਨਾ ਚਾਹੁੰਦਾ ਜੇ ਤੁਸੀਂ ਕਰਨਾ ਚਾਹੁੰਦੇ ਹੋ ਅੱਜ ਵੀ ਕੈਨੇਡਾ ਦੇ ਵਿੱਚ ਸੋ ਤੁਸੀਂ ਡਿਲੇ ਨਾ ਕਰੋ ਕਿਉਂਕਿ ਸੀਟਸ ਹਮੇਸ਼ਾ ਲਿਮਿਟਿਡ ਰਹੀਆਂ ਨੇ ਸੀਟ ਕਦੇ ਵੀ ਐਕਸਟਰਾ ਨਹੀਂ ਹੋਈਆਂ ਸੀਟ ਕਦੇ ਵੀ ਏਦਾਂ ਦਾ ਨਹੀਂ ਰਿਹਾ ਕਿ ਸੀਟਾਂ ਖਾਲੀ ਹੋਣ ਸਾਰੇ ਕਾਲਜ ਹਮੇਸ਼ਾ ਪਹਿਲਾਂ ਹੀ ਆਪਣੀ ਮਿੱਥੇ ਹੋਏ ਸਮੇਂ ਤੋਂ ਆਕੂਪਾਈਡ ਹੁੰਦੇ ਰਹੇ ਹੈ ਮਿੱਥੇ ਹੋਏ ਸਮੇਂ ਤੋਂ ਪਹਿਲਾਂ ਹੀ ਭਰਦੇ ਰਹੇ ਹੈ ਉਹ ਵੈਸ ਤਰ੍ਹਾਂ ਹੀ ਚੱਲਣਾ ਹੈ ਤੁਹਾਨੂੰ ਮੈਂ ਇਹੀ ਕਹਿਣਾ ਚਾਹੁੰਦਾ ਵਾ ਕਿ ਜੇ ਤੁਸੀਂ ਕੈਨੇਡਾ ਦੇ ਵਿੱਚ ਡੈਫੀਨੇਟਲੀ ਤੁਸੀਂ ਤੁਹਾਨੂੰ ਦਿੱਕਤ ਆ ਜਾਏਗੀ ਕਿ ਤੁਸੀਂ ਅੱਗੇ ਨਹੀਂ ਵੱਧ ਪਾਏ ਤੁਹਾਨੂੰ ਇਨਟੇਕ ਮਿਸ ਕਰਨਾ ਪੈ ਗਿਆ ਇਸ ਟਾਈਮ ਜਨਵਰੀ ਕਿ ਸਪਟੈਂਬਰ ਇਨਟੇਕ ਦਾ ਆਪਸ਼ਨ ਹੈਗਾ ਹੀ ਹੈਗੇ ਆ ਪਲੱਸ ਜਨਵਰੀ ਪੈਰਲਰ ਚੱਲ ਰਿਹਾ ਜਨਵਰੀ ਦੇ ਵਿੱਚ ਵੀ ਆਪਸ਼ਨ ਖੁੱਲ ਗਏ ਹੋਏ ਨੇ ਸੋ ਤੁਸੀਂ ਕੈਨੇਡਾ ਲਈ ਅਪਲਾਈ ਕਰ ਸਕਦੇ ਪਰ ਜੇ ਸੋਚ ਰਹੇ ਹੋ AIP ਆਉਣ ਤੋਂ ਬਾਅਦ ਕਰਾਂਗੇ ਤੇ ਬਹੁਤ ਦੇਰ ਹੋ ਜਾਣੀ ਹੈ ਸੋ ਦੇਰ ਕਹਿੰਦੇ ਨਾ ਕਿ ਫਿਰ ਹੱਥ 'ਚ ਨਹੀਂ ਆਏਗਾ ਉਹ ਨਿਕਲ ਜਾਏਗਾ ਉਹਦਾ ਫਾਇਦਾ ਕੀ ਸੋ ਮੇਕ ਸ਼ੋਰ ਕਰੋ ਕਿ ਤੁਸੀਂ ਇਸ ਚੀਜ਼ ਦਾ ਧਿਆਨ ਰੱਖੋ ਕਿ AIP ਆਉਣ ਦੀ ਆਪਾਂ ਵੇਟ ਨਹੀਂ ਕਰਨੀ ਕਿ AIP ਆਊਗਾ ਤਾਂ ਫਿਰ ਅਸੀਂ ਆਪਣਾ ਡਿਸੀਜ਼ਨ ਲਵਾਂਗੇ ਅਸੀਂ ਆਪਣਾ ਡਿਸੀਜ਼ਨ ਲੈਣਾ ਕਿਉਂਕਿ ਸਰਕਾਰ ਨੇ ਕਹਿ ਦਿੱਤਾ ਕਿ ਤੁਸੀਂ ਅਗਰ ਬੈਸਟ ਕਰਨਾ ਚਾਹੁੰਦੇ ਹੋ ਜਾਣਾ ਚਾਹੁੰਦੇ ਹੋ ਤਾਂ ਸਰਕਾਰ ਤੁਹਾਨੂੰ ਵੀਜ਼ਾ ਦੇਣ ਲਈ ਤਿਆਰ ਹੈ ਸੋ ਮੇਕ ਸ਼ੋਰ ਕਰਨਾ ਕਿ ਤੁਸੀਂ ਇਸ ਚੀਜ਼ ਦਾ ਧਿਆਨ ਰੱਖਣਾ ਬੈਸਟ ਦੇਣਾ ਆਪਣਾ ਮਤਲਬ ਅਸੀਂ ਵੀ AIP ਦੀ ਵੇਟ ਕਰ ਰਹੇ ਹਾਂ ਅਸੀਂ ਵੀ AIP ਦੀ ਵੇਟ ਕਰ ਰਹੇ ਹਾਂ ਬਟ AIP ਦੀ ਵੇਟ 'ਚ ਅਸੀਂ ਇਹ ਨਹੀਂ ਕਰਦੇ ਕਿ ਅਸੀਂ ਅੱਜ ਆਪਣਾ ਕੰਮ ਬੰਦ ਕਰ ਦਿੱਤਾ AIP ਨਹੀਂ ਆ ਰਿਹਾ ਕੰਮ ਚੱਲ ਰਿਹਾ ਸਭ ਕੁਝ ਚੱਲ ਰਿਹਾ ਸਾਰੇ ਕਾਲਜਸ ਆਫਰ ਦੇ ਰਹੇ ਆ ਸਟੂਡੈਂਟ ਫੀਸ ਜਮ੍ਹਾਂ ਕਰਾ ਰਹੇ ਆ ਫਸਟ ਕਮ ਫਸਟ ਬੇਸਿਸ ਵਾਲੀ ਗੱਲ ਹੈਗੀ ਹੈ ਸੋ ਇਸ ਚੀਜ਼ ਨੂੰ ਬਹੁਤ ਹੀ ਜ਼ਿਹਨ 'ਚ ਰੱਖਣਾ ਆਪਣੇ ਸੋ ਮੇਕ ਸ਼ੋਰ ਫੋਰ ਦੈਟ ਸੋ ਨੈਕਸਟ ਮੇਰੇ ਕੋਲ ਅਪਡੇਟ ਦੀ ਗੱਲ ਕਰਾਂ ਨੈਕਸਟ ਅਪਡੇਟ ਦੀ ਗੱਲ ਕਰਾਂ ਤੇ ਬਿਲਕੁਲ ਮੈਨੂੰ ਲੱਗਦਾ ਕੋਈ ਟੈਕਨੀਕਲ ਇਸ਼ੂ ਚੱਲ ਰਿਹਾ ਜੀ ਗਿਵ ਮੀ ਅ ਮੋਮੈਂਟ ਯੈਸ ਹੁਣ ਮੇਰੇ ਕੋਲ ਲੱਗਦਾ ਸਭ ਕੁਝ ਕਲੀਅਰ ਹੈ ਦੇਰ ਇਜ਼ ਸਮ ਟੈਕਨੀਕਲ ਇਸ਼ੂ ਵਿਦ ਦਾ ਅੱਜ ਕੱਲ੍ਹ ਇੰਟਰਨੈਟ ਤੇ ਵੀ ਕਨੈਕਟੀਵਿਟੀ ਇਸ਼ੂਜ਼ ਆ ਜਾਂਦੇ ਨੇ ਲੋਡ ਬਹੁਤ ਵੱਧ ਗਿਆ ਮੈਨੂੰ ਲੱਗਦਾ ਜਦੋਂ ਤਾਂ ਲੋਕਡਾਊਨ ਪੀਰੀਅਡ ਤੋਂ ਨਿਕਲੇ ਤੇ ਸੋ ਨੈਕਸਟ ਮੇਰੇ ਕੋਲ ਇੱਕ ਕਮੈਂਟ ਆ ਰਿਹਾ ਇਹਦੇ ਵਿੱਚ ਮੈਂ ਕਮੈਂਟ ਨਾਲ ਨਾਲ ਲੈਣਾ ਚਾਹੂੰਗਾ ਕਿ ਸ਼ਿਵਮ ਕੁਮਾਰ ਜੀ ਕਹਿੰਦੇ ਨੇ ਕਿ ਸਰ ਆਈ ਹੈਡ ਅ ਰਿਫਿਊਜ਼ਲ ਐਂਡ ਅਪਲਾਈਡ ਫੋਰ ਸਪਟੈਂਬਰ ਇਨਟੇਕ ਅੰਡਰ SGS ਕੈਟੇਗਰੀ ਫੋਰ ਨਾਰਦਰਨ ਲਾਈਟ ਕਾਲਜ ਔਨ ਜੁਲਾਈ 1st ਸੋ ਵੈਨ ਵਿਲ ਆਈ ਰਿਸੀਵ ਮਾਈ ਰਿਜ਼ਲਟ ਸੋ ਸ਼ਿਵਮ ਜੀ ਅਗਰ ਤੁਹਾਨੂੰ ਦੇਖਿਆ ਜਾਵੇ ਤੇ ਸਟੂਡੈਂਟ ਹਲੇ ਉਹ ਵੀ ਲਾਈਨ ਦੇ ਵਿੱਚ ਆ ਤੁਹਾਡੇ ਨਾਲ ਜਿਹੜੇ ਕਿ ਫੈਬਰੇਰੀ ਦੇ ਵਿੱਚ ਅਪਲਾਈ ਕੀਤੇ ਜਨਵਰੀ ਦੇ ਵਿੱਚ ਅਪਲਾਈ ਕੀਤੇ ਕੁਝ ਜਨਵਰੀ ਦੇ ਨੇ ਆਲਮੋਸਟ ਕਲੀਅਰ ਨੇ ਬਟ ਫੈਬਰੇਰੀ ਮਾਰਚ ਅਪ੍ਰੈਲ ਇਹ ਸਾਰੇ ਹੀ ਲਾਈਨ 'ਚ ਨੇ ਜਿਹਨਾਂ ਨੇ ਆਨਲਾਈਨ ਫਾਈਲ ਲਾਂਚ ਕੀਤੀਆਂ ਤੁਹਾਡਾ ਟਾਈਮ ਆਏਗਾ ਐਂਡ ਆਈ ਐਮ ਸ਼ੋਰ ਤੁਹਾਡਾ ਟਾਈਮ ਵੀ ਆਏਗਾ ਕਿਉਂਕਿ ਤੁਹਾਡਾ ਵੀਜ਼ਾ ਆਏਗਾ SGS ਕੈਟੇਗਰੀ ਹੈ ਇਟਸ ਅ ਗੁੱਡ ਵਨ ਪਹਿਲਾਂ ਤੁਹਾਡਾ ਕਿਉਂ ਰਿਫਿਊਜ਼ਲ ਆਇਆ ਆਈ ਡੋਂਟ ਨੋ ਬਟ ਆਈ ਐਮ ਸ਼ੋਰ ਕਿ ਡੈਫੀਨੇਟਲੀ ਤੁਹਾਨੂੰ ਪੋਜ਼ਿਟਿਵ ਰਿਜ਼ਲਟ ਦੇ ਦਿਨ ਰਹਿ ਗਏ ਦੇਖੋ ਅੱਜ ਕੈਨੇਡੀਅਨ ਅੰਬੈਸੀ ਨੇ ਕੀ ਕੀਤਾ ਹੈ ਕੈਨੇਡੀਅਨ ਅੰਬੈਸੀ ਨੇ ਕਰ ਦਿੱਤਾ ਕਿ ਹੁਣ 15 ਸਪਟੈਂਬਰ ਇਜ਼ ਦ ਲਾਸਟ ਡੇਟ ਫੋਰ ਦਾ ਫਾਈਲ ਸਬਮਿਸ਼ਨ ਫੋਰ ਸਪਟੈਂਬਰ ਇਨਟੇਕ ਸੋ ਅਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹਾਂ ਕਿ ਰਿਜ਼ਲਟ ਜਿਹੜੇ ਆਉਣਗੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਇੱਕ ਦਿਨ ਦੇ ਵਿੱਚ ਰਿਜ਼ਲਟ ਆਉਣਗੇ
क्योंकि जे 15 सितंबर तक फाइल की लास्ट डेट है तो कई कॉलेजों की जी स्टार्ट स्टडी है वह 20 तो है, कई 25 तो है, मतलब जी प्लैनिंग चल रही है एम्बेसी प्लैन कर रही है वह एक दो दिन के AIP देने की तैयारी कर रही है जोड़े स्टूडेंट एलिजिबल है जोड़े स्टूडेंट नीजा देने का वो हक समझते कि ये हकदार है वीजा लैन का सो स्टूडेंट दे डेफिनेटली फाइल्स निकलनगियाँ एंड आई एम श्योर कि तुम्हें यह देखने मिलेगा AIP जल्दी विद इन वन और टू डेज वेरी श्योर आई एम वेरी श्योर कि लैंडमार्क इमीग्रेशन विल बी द फर्स्ट कंपनी जी AIP शेयर करेगी इस मंच के जरिए यूट्यूब चैनल के जरिए और फेसबुक के जरिए मैं गल कर रहा सी ऑस्ट्रेलिया के उत्ते आपां शुरुआत की है तो ऑस्ट्रेलिया की गल कर रहे हैं ऑस्ट्रेलिया का प्रोसैस एक बहुत समूथ प्रोसैस है ऑस्ट्रेलिया के विच जे तुसीं अज एप्लीकेशन नूं पांदे हो तुसीं चाहे कॉलेज चाहे यूनिवर्सिटी च पांदे हो तुहानूं 3 या 4 दिन के विच विच जिहड़ी ऑफर लैटर है वह मिल जाती है हार्डली 5 दिन के अंदर अंदर डेफिनेटली यू विल गैट अ ऑफर लैटर फॉर द फ्रॉम ऑस्ट्रेलियन इंस्टीट्यूट्स और आई एम श्योर कि जो 2-3-5 दिन के विच विच ऑफर लैटर मिल जाए और सामने अक्टूबर इनटेक होवे ते बहुत आसानी नाल फाइल अंबैसी च लाई जा सकती है और अंबैसी तो भी रिजल्ट लिया जा सकता है GTE क्राइटेरिया दे विच डरन दी लोड़ नहीं है बहुत एक बेसिक इनफॉर्मेशन GTE दे विच हुंदी है इट्स अ जेन्युइन टेंपरेरी एंट्रेंट तुसीं इह कह सकदे हो कि तुहाडे बारे कॉलेज और यूनिवर्सिटी जानना चाहुंदे आ कि तुसीं अपनी लाइफ च अज तक की कीता है किहड़ी एजुकेशन लई है और अगे जिहड़ी एजुकेशन लैके तुसीं आ रहे हो वो तुहाडे लई तुहाडी जिंदगी लई कितना फ्रूटफुल हो सकती है तुहाडा गोल तुहाडा प्लान की है GTE क्राइटेरिया फॉर दैट तुहाडे लिक्विड फंड्स की है तुहाडे जिहड़े फंडिंग एसेट हैगे ने की वो तुहानूं एड्डे क मजबूत हैगे ने कि तुहानूं वो इंटरनेशनल स्टडी करन लई अलाउ कर रहे ने कि तुहाडे जिहड़े फंड्स हैगे ने सफिशेंट ने इंटरनेशनल स्टडीज दे लई तुहाडी अपनी एजुकेशन बारे पुछया जांदा कि तुसीं की लिया सी और की अगे करना है सो ये सारिया चीज़ा बहुत जरूरी है तुहानू तुसीं अगर लैंडमार्क इमीग्रेशन तो अपना ऑस्ट्रेलियन वीज़ा प्रोसैस करते हो फॉर स्टडी वीज़ा ऑस्ट्रेलिया का तो GTE क्राइटीरिया पार करन दा जिहड़ा GTE दा एक बैरीयर है उहनू पार करन दे विच लैंडमार्क इमीग्रेशन तुहाडी हैल्प करेगा लैंडमार्क इमीग्रेशन विल हैल्प यू टू क्लीयर द GTE किवें तुहानू अवेयरनैस देगा कि किवें किवें किहड़े क्वेश्चन तुहानू आणगे तुसीं किस तरह जेन्युइनिटी दे नाल जेन्युइनिटी दे नाल तुसीं आंसर करना है तुसीं मेरे नाल अज बने हुए हो इस लाइव दे उत्ते मैं चाहूँगा कि जे तुहाडा कोई भी डाउट है तुसीं मैनूं लाइव कॉल करके 9041390412 दे उत्ते संपर्क कर सकते हो कॉल कर सकते हो मैं तुहाडा जवाब इस टाइम लाइव ही देवांगा इसे टाइम ते तुहानूं जवाब दिता जाएगा सो डेफिनेटली जेडे स्टूडेंट वेट कर रहे हैं AIP का बड़ी ही जल्दी तुहानूं जेडे सुनने को मिलेगी न्यूज आई एम श्योर एंड ऑस्ट्रेलिया बहुत बड़ा हंगारा है UK ने बहुत बड़ा मल मार ली है मैं कहना वा कि UK दे विच बहुत अच्छे रुझान वेखन नूं मिले ने UK इज द फर्स्ट वन जिन्हें अपनी दरवाजे खोले ने इंटरनेशनल स्टूडेंट वास्ते न्यू स्टूडेंट वास्ते UK ने एप्लीकेशन भी लैनी स्टार्ट की और वीजा देने भी स्टार्ट किए ने सो अज गल करते हैं असं हमेशा गल करते हैं लैंडमार्क इमीग्रेशन डिफरेंट किवें हो सकता वा बहुत सारे कंसल्टेंट बहुत सारे एजेंट्स जिहड़े ने मार्केट च बैठे ने और लैंडमार्क दे विच की डिफरेंस हैगा क्योंकि स्टूडेंट क्यों आवे लैंडमार्क इमीग्रेशन दे विच स्टूडेंट क्यों लैंडमार्क इमीग्रेशन तो अपना स्टूडेंट वीजा या टूरिस्ट वीजा या परमानेंट रेजिडेंसी जिहड़ी है कैनेडा दी वो अप्लाई करे रीजन बीइंग 13 साल का एक्सपीरियंस है फुल ऑन टीम है एक यंग टीम है तुसीं कह सकदे हो कॉल आ रही है कॉल ले लेंगे उस तो बाद डिस्कशन कंटिन्यू रखांगा हेलो 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 आई थिंक सो ड्यू टू टेक्निकल इशू कई बार साउंड नहीं आती तुसीं प्लीज जो भी सानू यूट्यूब दे ते लाइव देखते हो फर्स्ट ऑफ ऑल थैंक यू वेरी मच पर जो भी तुसी साडे नाल जुड़ते हो कॉल दे उत्ते तो प्लीज़ अपने यूट्यूब चैनल की आवाज थोड़ा जा म्यूट कर देना ताकि असी लॉन्ग टर्म भी तुहाडा जुड़ सकीए तुहाडे नाल तुहाडे कॉल का आंसर कर सकीए सो नाल क्वेश्चंस भी बहुत सारे आ रहे हैं डेफिनेटली सो डेफिनेटली असी तुहाडे नाल शेयर करांगे क्वेश्चन दी मैं आंसर भी देने शुरू करांगा नाल नाल मैं दे रहा वा तो डेफिनेटली असी
ਇਸੇ ਕੋਸ਼ਿਸ਼ ਦੇ ਵਿੱਚ ਆ ਕਿ ਵੈਰੀ ਸੂਨ ਵਿਲ ਸ਼ੇਅਰ ਦਾ AIB ਵਿਦ ਯੂ ਬਿਕਾਜ਼ ਸਾਡੇ ਕੋਲ ਜਿਹੜਾ ਆਲਰੇਡੀ ਟੂਰਿਸਟ ਵੀਜ਼ਾ ਆ ਚੁੱਕਿਆ ਬਟ ਅਸੀਂ ਸਟੂਡੈਂਟ ਵੀਜ਼ਾ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹਾਂ ਟੂਰਿਸਟ ਵੀਜ਼ਾ ਦੀ ਅਪਰੂਵਲ ਆਲਰੇਡੀ ਮਿਲ ਚੁੱਕੀ ਹੈ ਆਪਾਂ ਗੱਲ ਕਰ ਰਹੇ ਸੀ ਵਾਈ ਲੈਂਡਮਾਰਕ ਅੱਜ ਮੈਂ ਗੱਲ ਕਰਨਾ ਚਾਹੁੰਦਾ ਕਿ ਲੈਂਡਮਾਰਕ ਇਸ ਪਲੈਟਫਾਰਮ ਤੇ ਹੈਗਾ ਤੇ ਤੁਸੀਂ ਲੈਂਡਮਾਰਕ ਨੂੰ ਕਿਉਂ ਚੂਜ਼ ਕਰੋ ਲੈਂਡਮਾਰਕ 13 ਸਾਲ ਦਾ ਐਕਸਪੀਰੀਅੰਸ ਰੱਖਦਾ ਯੰਗ ਟੀਮ ਹੈਗੀ ਹੈ ਬਹੁਤ ਵੱਡੀ ਟੀਮ ਹੈ ਤੁਹਾਡੇ ਪੰਜਾਬ ਦੇ ਵਿੱਚ ਹਰ ਜਗ੍ਹਾ ਦਫ਼ਤਰ ਹੈਗੇ ਨੇ ਸਾਡੀ ਪ੍ਰੈਜੈਂਸ ਤੁਹਾਡੇ ਅੰਮ੍ਰਿਤਸਰ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੈਗੀ ਹੈ ਜਲੰਧਰ ਦੇ ਵਿੱਚ ਸਾਡੀ ਪ੍ਰੈਜੈਂਸ ਹੈਗੀ ਹੈ ਮੋਗਾ ਦੇ ਵਿੱਚ ਸਾਡੀ ਪ੍ਰੈਜੈਂਸ ਹੈਗੀ ਹੈ ਲੁਧਿਆਣਾ ਦੇ ਵਿੱਚ ਆਫਿਸ ਹੈਗਾ ਮੋਹਾਲੀ ਹੈੱਡ ਆਫਿਸ ਹੈਗਾ ਚੰਡੀਗੜ੍ਹ ਵੀ ਬ੍ਰਾਂਚ ਹੈਗੀ ਹੈ ਸੋ ਇਸ ਤਰ੍ਹਾਂ ਸਾਰੀ ਜਗ੍ਹਾ ਪੰਜਾਬ ਦੇ ਵਿੱਚ ਆਲਮੋਸਟ ਹਜ਼ਾਰਾਂ ਸਟੂਡੈਂਟ ਜਾ ਚੁੱਕੇ ਆ ਹਜ਼ਾਰਾਂ ਫੈਮਿਲੀਜ਼ ਜਾ ਚੁੱਕੀਆਂ ਨੇ ਮੈਂ ਉਹਨਾਂ ਦਾ ਧੰਨਵਾਦੀ ਹਾਂ ਕਿ ਉਹਨਾਂ ਨੇ ਲੈਂਡਮਾਰਕ ਇਮੀਗ੍ਰੇਸ਼ਨ ਚੂਜ਼ ਕੀਤਾ ਹੈ ਕਈ ਵਾਰੀ ਮੇਰੇ ਕੋਲ ਸਟੂਡੈਂਟ ਆ ਜਾਂਦੇ ਨੇ ਜਗਰਾਓ ਤੋਂ ਆਉਂਦੇ ਨੇ ਜਾਂ ਮੋਗੇ ਤੋਂ ਮੋਹਰ ਤੋਂ ਮਤਲਬ ਬਹੁਤ ਬਹੁਤ ਦੂਰੋਂ ਮਤਲਬ ਜਿੱਥੋਂ ਘੱਟੋ ਘੱਟ 4-5-6 ਘੰਟੇ ਵੀ ਲੱਗਦੇ ਨੇ ਉਹਨੂੰ ਬਹੁਤ ਦੂਰੋਂ ਆਉਂਦੇ ਨੇ ਮੇਰਾ ਉਹਨਾਂ ਨੂੰ ਇੱਕੋ ਹੀ ਕੁਐਸਚਨ ਹੁੰਦਾ ਸਰ ਆਏ ਸੀਗੇ ਰਸਤੇ ਦੇ ਵਿੱਚ ਤਾਂ ਬਹੁਤ ਸਾਰੇ ਇਮੀਗ੍ਰੇਸ਼ਨ ਆਏ ਹੁੰਦੇ ਆ ਹਰ ਖੰਭੇ ਦੇ ਉੱਤੇ ਮੈਨੂੰ ਲੱਗਦਾ ਇੱਕ ਇਮੀਗ੍ਰੇਸ਼ਨ ਦਾ ਬੋਰਡ ਜਾਂ ਆਈਲੈਟਸ ਦੀ ਬੋਰਡ ਲੱਗਿਆ ਹੁੰਦਾ ਸੋ ਉਹ ਕਹਿੰਦੇ ਜੀ ਇੱਕ ਟਰੱਸਟ ਹੈ ਸਾਡੇ ਆਲਰੇਡੀ ਬੱਚੇ ਤੁਹਾਡੇ ਕੋਲੋਂ ਗਏ ਹੋਏ ਨੇ ਸੋ ਇਹ ਸਾਰੀਆਂ ਚੀਜ਼ਾਂ ਦੇਖਦੇ ਹੋਏ ਡੈਫੀਨੇਟਲੀ ਅਸੀਂ ਇਹੀ ਚੀਜ਼ ਕਰਦੇ ਹਾਂ ਕਿ ਇਹ ਤੇ ਇਹਦਾ ਧਿਆਨ ਰੱਖੀਏ ਇਸ ਚੀਜ਼ ਦਾ ਧਿਆਨ ਰੱਖੀਏ ਕਿ ਅਸੀਂ ਤੁਹਾਨੂੰ ਬੈਸਟ ਸਰਵਿਸਿਸ ਦੇ ਪਾਈਏ ਬੈਸਟ ਸਰਵਿਸਿਸ ਦੇਣ ਨਾਲ ਹੀ ਤੁਸੀਂ ਇਹ ਪ੍ਰਾਈਵੇਟ ਇੰਡਸਟਰੀ ਹੈ ਸੋ ਇਸੇ ਕਰਕੇ ਤੁਹਾਡੇ ਲਈ ਅਪਡੇਟ ਲੈ ਕੇ ਆਉਂਦੇ ਹਾਂ ਸਟੂਡੈਂਟ ਦਾ ਬਹੁਤ ਸਾਰਿਆਂ ਦਾ ਕੁਐਸਚਨ ਸੀਗਾ ਕਿ ਕੈਨੇਡਾ ਕਾਲਜ ਦੇ ਵਿੱਚ ਅਸੀਂ ਫਾਈਲ ਪ੍ਰੋਸੈਸ ਕੀਤੀ ਹੋਈ ਹੈ ਕਿ ਸਾਡਾ ਰਿਫੰਡ ਦਾ ਸੀਨ ਕਿਹਦੇ ਗਾ ਸਪੋਜ਼ ਸਾਡਾ ਰਿਫਿਊਜ਼ ਹੋ ਜਾਂਦਾ ਕੇਸ ਬਟ ਕੈਨੇਡਾ ਕਾਲਜ ਤੋਂ ਕਿਉਂਕਿ ਜਿਵੇਂ ਅਸੀਂ ਸ਼ੇਅਰ ਕੀਤੀ ਤੁਹਾਡੇ ਨਾਲ 15 ਕਾਲਜਸ ਦੀ ਲਿਸਟ ਜਿਹੜੇ ਕਾਲਜਸ ਤੁਹਾਡੇ ਨਾਲ ਰਿਫੰਡ ਦੇਣਗੇ ਤੁਹਾਨੂੰ ਤੁਹਾਡੇ ਅਗਰ ਸੈਕਿੰਡ ਸਟੇਜ ਦੇ ਉੱਤੇ ਰਿਫਿਊਜ਼ਲ ਆ ਜਾਂਦੀ ਹੈ ਉੱਥੇ ਹੀ ਤੁਹਾਨੂੰ ਕੈਨੇਡਾ ਕਾਲਜ ਨੇ ਵੀ ਖੁਸ਼ਖਬਰੀ ਦੇ ਦਿੱਤੀ ਹੈ ਕਿ ਕੈਨੇਡਾ ਕਾਲਜ ਵੀ ਪੂਰੀ ਦੀ ਪੂਰੀ ਫੀਸ ਰਿਫੰਡ ਕਰੇਗਾ ਸਿਰਫ ਐਡਮਿਨਿਸਟ੍ਰੇਟਿਵ ਕੋਸਟ ਆਪਣੀ ਜਿਹੜੀ ਹੈ ਜਿਵੇਂ ਕਿ ਤੁਸੀਂ $250 ਭਰਦੇ ਹੋ ਆਫਰ ਲੈਟਰ ਫੀਸ ਔਰ $500 ਐਡਮਿਨਿਸਟ੍ਰੇਟਿਵ ਕੋਸਟ ਹੈ ਉਹ $750 ਜ਼ਰੂਰ ਕੱਟਿਆ ਜਾਏਗਾ ਬਟ ਤੁਹਾਡੀ ਰੈਸਟ ਆਫ ਦਾ ਫੀਸ ਵਾਪਿਸ ਆ ਜਾਏਗੀ ਸੋ ਤੁਸੀਂ ਇਹ ਇਨਫੋਰਮੇਸ਼ਨ ਮੈਕਸੀਮਮ ਸ਼ੇਅਰ ਕਰ ਸਕਦੇ ਹੋ ਇਸ ਵੀਡੀਓ ਨੂੰ ਸ਼ੇਅਰ ਕਰਕੇ ਕਿ ਸਟੂਡੈਂਟ ਜਿਹੜੇ ਕੈਨੇਡਾ ਕਾਲਜ ਦੇ ਵਿੱਚ ਅਪਲਾਈ ਕੀਤੇ ਹੋਏ ਸੀਗੇ ਉਹਨਾਂ ਲਈ ਇਹ ਇੱਕ ਖੁਸ਼ਖਬਰੀ ਹੈ ਕਿ ਉਹਨਾਂ ਦਾ ਪੈਸਾ ਜਿਹੜਾ ਕੱਟੇਗਾ ਨਹੀਂ ਕਾਲ ਲੈ ਲੈਂਦੇ ਹਾਂ ਹੈਲੋ ਸਤਿ ਸ੍ਰੀ ਅਕਾਲ ਜੀ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਬੋਲ ਰਹੇ ਹਾਂ ਲਾਈਵ ਕਾਲ ਚੱਲ ਰਹੀ ਹੈ ਤੁਹਾਡੀ ਹਾਂਜੀ ਸਰ ਕੀ ਕੁਐਰੀ ਹੈ ਕੀ ਕੁਐਸਚਨ ਹੈ ਤੁਹਾਡਾ ਦੱਸੋ ਮੈਨੂੰ ਠੀਕ ਹੈ ਜੀ ਕਿਹੜੇ ਕਾਲਜ ਲਈ ਲੌਸਟ ਹੈ ਜੀ ਰਾਈਟ ਸਰ ਕੀ ਕੁਐਸਚਨ ਹੈ ਤੁਹਾਡਾ ਦੇਖੋ ਹਾਲੇ ਵੀਜ਼ਾ ਤੁਸੀਂ ਕਿਸੇ ਦਾ ਵੀ ਨਹੀਂ ਆਇਆ AIP ਵੀ ਆਰ ਵੇਟਿੰਗ ਫੋਰ ਦਾ AIP ਸਟਿਲ ਰਾਈਟ ਸੋ ਮੈਂ ਤੁਹਾਨੂੰ ਇਹੀ ਚੀਜ਼ ਕਹੂੰਗਾ ਕਿ ਤੁਸੀਂ 6 ਈਚ ਨਾਲੋਂ SGS ਪ੍ਰਣਾਲੀ ਦੇ ਵਿੱਚ ਤੁਸੀਂ ਆਪਣੀ ਫਾਈਲ ਲਾਈ ਹੈ ਮੋਰ ਓਵਰ ਤੁਹਾਡਾ ਕਾਲਜ ਜਿਹੜਾ ਵਾ ਸਰਕਾਰੀ ਹੈਗਾ ਚੰਗਾ ਕਾਲਜ ਹੈਗਾ ਸੋ ਤੁਹਾਨੂੰ ਥੋੜ੍ਹਾ ਜਿਹਾ ਪੇਸ਼ੈਂਸ ਰੱਖਣਾ ਪੈਣਾ ਐਂਡ ਆਈ ਐਮ ਸ਼ੋਰ ਕਿ ਜਿਹੜਾ ਰਿਜ਼ਲਟ ਹੈ ਪੋਜ਼ਿਟਿਵ ਆਏ ਬਿਲਕੁਲ ਹੋਏਗਾ ਜੀ ਡੈਫੀਨੇਟਲੀ ਜੋ ਡਿਸਕਸ਼ਨਸ ਹੁੰਦੀਆਂ ਨੇ ਕਾਲਜਸ ਨਾਲ ਯੂਨੀਵਰਸਿਟੀਜ਼ ਨਾਲ ਕਿਉਂਕਿ ਉਹ ਰਾਬਤਾ ਕਾਇਮ ਰੱਖਦੇ ਨੇ ਅੰਬੈਸੀ ਦੇ ਨਾਲ ਤੇ ਆਈ ਐਮ ਸ਼ੋਰ ਕਿ ਜੋ ਨਿਊਜ਼ ਆ ਰਹੀ ਹੈ ਉਹ ਇਹੀ ਹੈ ਕਿ ਵੀਜ਼ਾ ਸਕਸੈਸ ਐਂਡ ਹਾਈ ਹੋਣਗੇ ਬਟ ਸਿਰਫ ਐਲੀਜੀਬਲ ਸਟੂਡੈਂਟ ਦੇ ਲਈ ਇਹਦਾ ਮਤਲਬ ਇਹ ਨਹੀਂ ਕਿ ਕੋਈ ਨੋਨ ਐਲੀਜੀਬਲ ਆ ਉਹ ਵੀ ਯੂ ਨੋ ਅਪਲਾਈ ਕਰ ਦੇਗਾ ਉਹ ਵੀ ਉਹਦਾ ਵੀ ਵੀਜ਼ਾ ਆ ਜਾਏਗਾ ਇਟਸ ਨਾਟ ਲਾਈਕ ਦੈਟ ਨੋਨ ਐਲੀਜੀਬਲ ਸਟੈਂਡਸ ਫੋਰ ਸਪੋਜ਼ ਸਟੂਡੈਂਟ ਜਾਂਦਾ ਹੈ ਔਰ ਟੈਕਨੀਕਲ ਪ੍ਰੋਗਰਾਮ ਲੈ ਲੈਂਦਾ ਔਰ ਉਹਦੇ ਮੈਥਮੈਟਿਕਸ 'ਚ ਨੰਬਰ ਘੱਟ ਹੈ ਰਾਈਟ ਸੋ ਬਹੁਤ ਸਾਰੇ ਟੈਕਨੀਕਲ ਪੁਆਇੰਟਸ ਹੁੰਦੇ ਨੇ ਸਪੋਜ਼ ਸਟੂਡੈਂਟ ਵਾਂਟਸ ਟੂ ਗੋ ਫੋਰ ਅ ਕੰਪਿਊਟਰ ਇੰਜੀਨੀਅਰਿੰਗ ਐਂਡ ਮੈਥਮੈਟਿਕਸ 'ਚ ਨੰਬਰ ਹੈ 40 ਸੋ ਉਹਨੂੰ ਉੱਥੇ ਹਰ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਕਈ ਕਾਲਜ ਉਹਨੂੰ ਆਫਰ ਤਾਂ ਦੇ ਦਿੰਦੇ ਪਰ ਉਹਦਾ ਰਿਜ਼ਲਟ ਕੀ ਹੈ ਸੋ ਇਸ ਤਰ੍ਹਾਂ ਦੇ ਟੈਕਨੀਕਲ ਚੀਜ਼ਾਂ ਹੁੰਦੀਆਂ ਤੁਸੀਂ ਮੈਂ ਹੀ ਕਹੂੰਗਾ ਜੀ ਤੁਹਾਡੀ ਫਾਈਲ ਲੌਂਚ ਕਿਹੜੀ ਡੇਟ ਨੂੰ ਹੋਈ ਹੈ 17th ਆਫ ਮਾਰਚ ਤਾਂ ਮੈਨੂੰ ਲੱਗਦਾ ਕਿ ਤੁਸੀਂ ਇਸ 20 ਤਰੀਕ ਤੋਂ ਪਹਿਲਾਂ ਆਪਣੀ ਉਮੀਦ ਕਰ ਸਕਦੇ ਹੋ ਕਿਸੇ 20th ਆਫ ਅਗਸਤ ਬਿਲਕੁਲ ਸਰ ਸਟਾਰਟ ਪਹਿਲੇ 'ਚ ਵੀ ਹੋ ਸਕਦੀ ਹੈ ਸੋ ਮੈਂ ਮੈਕਸੀਮਮ ਟਾਈਮ ਲੈ ਕੇ ਚੱਲ ਰਿਹਾ
ਰਾਈਟ ਮੈਂ 18 ਤੋਂ ਲੈ ਕੇ ਮੈਂ ਨਾ ਜੈਨ ਦੇ ਵਿੱਚ ਮੈਂ ਪੀਸੀ ਕੀਤੀ ਕਾਲਜ ਦੀ ਰਾਈਟ ਉਹ ਤੋਂ ਬਾਅਦ ਤੋਂ ਮਨਾਂ ਕੀ ਨਾ ਕੀ ਥੋੜਾ ਦੌਰ ਤੇ ਦੁੱਖ ਕੇ ਹਾਲ ਲੈ ਗਈ ਸੀ ਮਾਸ ਓਕੇ ਉਸ ਦਿਨ ਦਾ ਵੀ 100 ਬਣ ਗਈ ਜਿਉਂ ਤੋਂ ਮੈਂ ਖੋਜ ਰਹੀ ਸੀ ਕਿ ਤਾਂ ਉਸ ਨੇ ਕੀ ਕਰ ਕੋਲੇਜ ਵਾਲੇ ਨੇ ਆਉ ਸੱਚ ਵੀ ਇਸ ਨੂੰ ਬਣਾਈ ਜੀ ਸੈਂਸ਼ਨਸ ਵੀ ਲਾਈਨ ਨੇ ਉਹ ਇਤਨਾ ਆਇਆ ਮਤਲਬ ਕਿ ਨਾ 20 ਤੱਕ ਦਾ ਵੀ ਜੋ ਮੈਂ ਬੰਦਾ ਜਿਹਨਾਂ ਉਹ ਲਾਈਨ ਨਾਲ ਨਹੀਂ ਆ ਬਾਕੀ ਮੈਂ ਸਾਰਾ ਬਹੁਤ ਅੱਛੇ ਤਰੀਕੇ ਨਾਲ ਐਕਸਪੀਰੀਅੰਸ ਕੀਤਾ ਸੀ ਤੋ ਮਤਲਬ ਕਿ ਕੰਸਲਟੈਂਟ ਦੀ ਜੋ ਵੀ ਕਰਵਾਈ ਜੀ ਮਤਲਬ ਕਿ ਉਹ ਤੇ ਸਰ ਪਾਸ ਕੀ ਦੋਈ ਕਿਸੇ ਵੀ ਦੇਖੋ ਇੰਨੀ ਜ਼ਿਆਦਾ ਪ੍ਰੋਬਲਮ ਕ੍ਰੀਏਟ ਨਹੀਂ ਹੋਏਗੀ ਕਿਉਂਕਿ ਤੁਹਾਡੀ ਪ੍ਰੋਫਾਈਲ ਬਹੁਤ ਅੱਛੀ ਹੈ ਸੋ ਮੈਨੂੰ ਲੱਗਦਾ ਨਹੀਂ ਕਿ ਇਹਦੇ ਕਰਕੇ ਤੁਹਾਨੂੰ ਕੋਈ ਦਿੱਕਤ ਆਏਗੀ ਕੁਝ ਮੈਂ ਕੁਝ ਵੀ ਨਹੀਂ ਕੀ ਵਾਰ ਕੁਝ ਵੀ ਨਹੀਂ ਮੈਂ ਕੀ ਕਰ ਮੈਂ ਕੀ ਚਾਹ ਸੰਤਨ ਮੈਂ ਹੁਣ ਕਿਉਂ ਕਰਦਾ ਹੈ ਲਾ ਰਿਹਾ ਹੈ ਮੈਂ ਕੀ ਕਰ ਕੋਈ ਨਹੀਂ ਕਿ ਬਾਕੀ ਨਾ ਪੂਰਾ ਹੋ ਗਿਆ ਨੋਟ ਐਨ ਇਸ਼ੂ ਸਰ ਇਹਦੇ ਕਰਕੇ ਤੁਹਾਡੀ ਫਾਈਲ ਰਿਫਿਊਜ਼ ਨਹੀਂ ਹੋਏਗੀ ਸੋ ਡੋਨਟ ਵਰੀ ਸੋ ਇਸੇ ਤਰ੍ਹਾਂ ਜੋ ਸਟੂਡੈਂਟ ਫਾਈਲ ਲੌਜ ਹੋਣ ਤੋਂ ਬਾਅਦ ਵੀ ਕਈ ਕਨਫਿਊਜ਼ਨ ਰਹਿੰਦੀ ਹੈ ਸੋ ਲੈਂਡਮਾਰਕ ਇਮੀਗ੍ਰੇਸ਼ਨ ਇੱਕ ਇੱਦਾਂ ਦਾ ਮੰਚ ਹੈ ਜੇ ਤੁਹਾਡੀ ਫਾਈਲ ਲੌਜ ਹੈਗੀ ਹੈ ਤਾਂ ਵੀ ਅਸੀਂ ਤੁਹਾਨੂੰ ਆਨਸਰ ਕਰਨ ਲਈ ਤਿਆਰ ਹੈ ਤਾਂ ਵੀ ਤੁਹਾਡੀ ਅਸੀਂ ਕੁਐਰੀਜ਼ ਨੂੰ ਸੌਰਟ ਆਊਟ ਕਰਾਂਗੇ ਚਾਹੇ ਉਹ ਫਾਈਲ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਪ੍ਰੋਸੈਸਡ ਹੈ ਚਾਹੇ ਉਹ ਕਿਤੋਂ ਵੀ ਪ੍ਰੋਸੈਸ ਕੀਤੀ ਹੋਈ ਹੈ ਤੁਸੀਂ ਪਰ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਕਿਉਂਕਿ ਬਹੁਤ ਸਾਰੇ ਸਟੂਡੈਂਟ ਅੱਜ ਦੀ ਡੇਟ ਦੇ ਵਿੱਚ ਲੈਂਡਮਾਰਕ ਇਮੀਗ੍ਰੇਸ਼ਨ ਨਾਲ ਰਾਬਤਾ ਕਾਇਮ ਕਰ ਰਹੇ ਫਾਰ ਸਟੇਟਮੈਂਟ ਆਫ ਪਰਪਸ ਫਾਈਲ ਲੱਗੀ ਹੋਈ ਹੈ ਆਲਰੇਡੀ ਸਟੇਟਮੈਂਟ ਆਫ ਪਰਪਸ ਅਪਲੋਡ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਗਾਈਡ ਹੀ ਨਹੀਂ ਕੀਤਾ ਗਿਆ ਕਿ ਸਟੇਟਮੈਂਟ ਆਫ ਪਰਪਸ ਲਾਣੀ ਹੈ ਸੋ SOP ਲਗਾਏ ਬਿਨਾ ਹੀ ਫਾਈਨਲ ਲੌਜ ਨੇ ਸੋ ਆਪਣੀ ਧਿਆਨ ਰੱਖੋ ਆਪਣੀ ਫਾਈਲ ਦਾ ਸਟੇਟਮੈਂਟ ਆਫ ਪਰਪਸ ਮੇਕ ਸ਼ੋਰ ਲੱਗਣੀ ਚਾਹੀਦੀ ਆ ਸੋ ਦੈਟ ਤੁਸੀਂ ਅੱਗੇ ਤੁਹਾਨੂੰ ਜਿਹੜਾ ਵੀਜ਼ਾ ਰਿਫਿਊਜ਼ਲ ਦਾ ਸਾਹਮਣਾ ਨਾ ਕਰਨਾ ਪਵੇ ਸੋ ਮੇਕ ਸ਼ੋਰ ਕਾਫੀ ਅਪਡੇਟਸ ਆ ਰਹੇ ਨੇ ਜਿਵੇਂ ਮੈਂ ਤੁਹਾਡਾ ਕੈਨੇਡਾ ਕਾਲਜ ਦਾ ਅਪਡੇਟ ਸ਼ੇਅਰ ਕੀਤਾ ਕਿ ਫੀਸ ਜਿਹੜੀ ਆ ਡੈਫੀਨੇਟਲੀ ਹੈ ਔਰ ਫੰਡ ਕੀਤੀ ਜਾਊਗੀ ਇਸੇ ਤਰ੍ਹਾਂ 15 ਕਾਲਜਸ ਦੀ ਆਲਰੇਡੀ ਅਸੀਂ ਲਿਸਟ ਤੁਹਾਡੇ ਨਾਲ ਸ਼ੇਅਰ ਕਰ ਚੁੱਕੇ ਹਾਂ 16 ਕਾਲਜ ਹੋ ਗਏ ਕੈਨੇਡਾ ਕਾਲਜ ਵੀ ਐਡ ਹੋ ਗਿਆ ਇਸੇ ਤਰ੍ਹਾਂ ਧੀਰੇ ਧੀਰੇ ਸਾਰੇ ਕਾਲਜਸ ਯੂਨੀਵਰਸਿਟੀਜ਼ ਐਡ ਹੁੰਦੇ ਜਾ ਰਹੇ ਨੇ ਸਟੂਡੈਂਟ ਦੀ ਹੈਲਪ ਦੇ ਲਈ ਸੋ ਮੇਕ ਸ਼ੋਰ ਤੁਸੀਂ ਵੀ ਇਸੇ ਚੀਜ਼ ਨਾਲ ਚੱਲੋਗੇ ਇਸੇ ਧਿਆਨ ਨਾਲ ਚੱਲੋਗੇ ਕਿ ਤੁਹਾਡਾ ਕੋਈ ਵੀ ਜਿਹੜਾ ਵਾ ਉਹ ਵੀਜ਼ਾ ਜਿਹੜੀ ਰਿਫਿਊਜ਼ਲ ਦੇ ਵਿੱਚ ਤੁਸੀਂ ਖੁਦ ਕੋਈ ਨਾ ਚਾਹ ਕੇ ਵੀ ਕਾਰਨ ਨਾ ਬਣੇ ਕਿ ਤੁਸੀਂ ਡਾਕੂਮੈਂਟੇਸ਼ਨ ਘੱਟ ਹੋਵੇ ਸੋ ਮੇਕ ਸ਼ੋਰ ਕਿ ਤੁਸੀਂ ਅਪਲਾਈ ਕਰੋ ਕੈਨੇਡਾ ਦੇ ਲਈ ਡੋਨਟ ਵੇਟ ਫੋਰ AIP AIP ਜ਼ਰੂਰ ਆਣਗੇ ਮਤਲਬ ਦਿਸ ਇਜ਼ ਅ ਟੈਂਪਰੇਰੀ ਫੇਜ਼ ਅਗਰ COVID-19 ਫੇਜ਼ ਆਇਆ ਸਾਡੀ ਜ਼ਿੰਦਗੀ ਦੇ ਵਿੱਚ ਇਹ ਇੱਕ ਟੈਂਪਰੇਰੀ ਟਾਈਮ ਲਈ ਆਇਆ ਵਾ ਇਹ ਪਰਮਾਨੈਂਟ ਨਹੀਂ ਹੈ ਸੋ ਮੇਕ ਸ਼ੋਰ ਕਿ ਇਹ ਬੜੀ ਜਲਦੀ ਕਲੀਅਰ ਆਊਟ ਹੋ ਜਾਏਗਾ ਐਂਡ ਆਪਾਂ ਅੱਗੇ ਵਧਾਂਗੇ ਬਟ ਅਸੀਂ ਉਹਨੂੰ ਸੋਚ ਕੇ ਆਪਾਂ ਰੋਕ ਨਹੀਂ ਸਕਦੇ ਆਪਾਂ ਆਪਣੀ ਜ਼ਿੰਦਗੀ ਰੋਕ ਨਹੀਂ ਸਕਦੇ ਤੋ ਤੁਸੀਂ ਅੱਗੇ ਵਧਣ ਦਾ ਨਾਮ ਹੀ ਜ਼ਿੰਦਗੀ ਹੈ ਹੁਣ ਅਸੀਂ ਪ੍ਰੀਕੋਸ਼ਨਸ ਲੈ ਕੇ ਆਫਿਸ 'ਚ ਵੀ ਮਾਸਕ ਲੈ ਕੇ ਬੈਠੇ ਹਾਂ ਔਰ ਕਿਸੇ ਵੀ ਕਲਾਇੰਟ ਨੂੰ ਅਟੈਂਡ ਕਰ ਰਹੇ ਹਾਂ ਵਿਦ ਮਾਸਕ ਕਰ ਰਹੇ ਹਾਂ ਹੈਂਡ ਸੈਨੀਟਾਈਜ਼ ਕਰ ਰਹੇ ਹਾਂ ਇਹ ਸਾਰੀਆਂ ਚੀਜ਼ਾਂ ਦਾ ਅਸੀਂ ਧਿਆਨ ਰੱਖ ਰਹੇ ਹਾਂ ਬਿਕੋਜ਼ ਕਿ ਇਹ ਚੀਜ਼ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿ ਆਪਣੀ ਸਿਹਤ ਤੋਂ ਉੱਤੇ ਵੀ ਕੁਛ ਨਹੀਂ ਹੈ ਮੈਂ ਨਹੀਂ ਚਾਹੂੰਗਾ ਤਾਂ ਹੀ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਦੱਸ ਰਿਹਾ ਸੀ ਕਿ ਲੈਂਡਮਾਰਕ ਇਮੀਗ੍ਰੇਸ਼ਨ ਇੱਕ ਪਲੇਟਫਾਰਮ ਹੈਗਾ ਕਿ ਤੁਸੀਂ ਆਪਣੀ ਜਿਹੜੀ ਹੈ ਕਾਉਂਸਲਿੰਗ ਹੈ ਘਰ ਬੈਠੇ ਲੈ ਸਕਦੇ ਹੋ ਵੀਡੀਓ ਕਾਲ ਦੇ ਜ਼ਰੀਏ ਸਕਾਈਪ ਰਾਹੀਂ ਜੁੜੀਏ ਵਟਸਐਪ ਰਾਹੀਂ ਜੁੜੀਏ ਅਸੀਂ ਤੁਹਾਨੂੰ ਵੀਡੀਓ ਕਾਲ ਦੇ ਉੱਤੇ ਵੀ ਇਨਫੋਰਮੇਸ਼ਨ ਦੇਵਾਂਗੇ ਅਸੀਂ ਨਾਲ ਉਸ ਤੋਂ ਬਾਅਦ ਫਾਈਨਲ ਕਰਾਂਗੇ ਕਾਲ ਲੈ ਲੈਂਦੇ ਹਾਂ ਸਤਿ ਸ਼੍ਰੀ ਅਕਾਲ ਜੀ ਹੈਲੋ ਸਤਿ ਸ਼੍ਰੀ ਅਕਾਲ ਸਰ ਲਾਈਵ ਕਾਲ 'ਚ ਸਵਾਗਤ ਹੈ ਜੀ ਤੁਹਾਡਾ ਦੱਸੋ ਕੀ ਕੁਐਸਚਨ ਹੈ ਹਾਂਜੀ ਹਾਂਜੀ ਸਰ ਹੁਕਮ ਕਰੋ ਜੀ ਬਿਲਕੁਲ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਗੱਲ ਕਰ ਰਹੇ ਹਾਂ ਠੀਕ ਹੈ ਜੀ ਓਕੇ ਕਾਫੀ
ਮੈਨੂੰ ਦੱਸੋ ਤੁਹਾਡਾ ਕੈਨੇਡਾ ਦੇ ਵਿੱਚ ਕੋਈ ਰਹਿੰਦਾ ਜੀ? ਜਿਹੜੇ ਫਰੈਂਡ ਰਹਿੰਦੇ ਆ ਉਹ ਕਿਸ ਬੇਸਿਸ ਤੇ ਰਹਿੰਦੇ? ਪੀਆਰ ਨੇ। ਸੋ ਦੇਖੋ ਅਗਰ ਮੈਂ ਤੁਹਾਨੂੰ ਇੱਕ ਅਦਰ ਸਾਈਡ ਦੇਖਾਂ ਤਾਂ ਜਿਹੜਾ ਮੈਨੀਟੋਬਾ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਹੈ ਰਾਈਟ, ਜੇ ਤੁਹਾਡਾ ਕੋਈ ਉੱਥੇ ਰਹਿੰਦਾ ਤੇ ਅਗਰ ਪੁਆਇੰਟ ਕੈਲਕੂਲੇਸ਼ਨ ਕਰੀਏ, ਡਿਪਲੋਮਾ ਮਸਟ ਹੁੰਦਾ ਉਹਦੇ 'ਚ ਇੱਕ ਸਾਲ ਦਾ, ਅਗਰ ਮੈਂ ਉਹਦੇ 'ਤੇ ਕਾਊਂਟਿੰਗ ਕਰਾਂ, ਤੁਹਾਡੇ ਐਕਸਪੀਰੀਅੰਸ ਦੀ ਕਾਊਂਟਿੰਗ ਕਰਾਂ ਤਾਂ ਮੈਨੂੰ ਕੁਝ ਪੋਜ਼ਿਟਿਵ ਨਜ਼ਰ ਆ ਰਿਹਾ। ਸੋ ਮੈਨੀਟੋਬਾ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ MPNP ਰਾਈਟ। ਸੋ ਮੈਂ ਤੁਹਾਨੂੰ ਇੱਕੋ ਚੀਜ਼ ਕਹੂੰਗਾ, ਪਹਿਲਾਂ ਆਪਾਂ ਕੀ ਕਰਦੇ ਹਾਂ, ਜਸਟ ਤੁਸੀਂ ਮੈਨੂੰ ਆਪਣਾ ਜਿਹੜਾ CV ਹੈ, ਠੀਕ ਹੈ, ਵਿਦ ਦਾ ਜੋਬ ਡਿਊਟੀਜ਼ ਐਂਡ ਐਵਰੀਥਿੰਗ, ਜਸਟ ਸੈਂਡ ਅਸ ਔਨ 9041390412 ਵਟਸਐਪ ਕਰ ਦਿਓ। ਆਪਾਂ ਅਸੈਸਮੈਂਟ ਕਰਦੇ ਹਾਂ ਕਿ ਆਪਣੇ ਲਈ ਬੈਸਟ ਕੀ ਰਹੇਗਾ, ਸਟੱਡੀ ਬੈਸਟ ਰਹੇਗੀ ਜਾਂ ਪਰਮਾਨੈਂਟ ਰੈਜ਼ੀਡੈਂਸੀ ਬੈਸਟ ਰਹੇਗੀ, ਕਿਹੜੀ ਕੈਟੇਗਰੀ 'ਚ ਆਪਣੇ ਵੀਜ਼ਾ ਆਉਣ ਦੇ ਚਾਂਸਿਸ ਜ਼ਿਆਦਾ ਹੈ, ਆਪਾਂ ਤੁਹਾਨੂੰ ਗਾਈਡ ਕਰਾਂਗੇ ਔਰ ਡੈਫੀਨੇਟਲੀ ਵਿਲ ਗੋ ਅਹੈਡ ਵਿਦ ਦੈਟ ਪੁਆਇੰਟ। ਰਾਈਟ, ਸੋ ਤੁਸੀਂ ਪਲੀਜ਼ ਆਪਣਾ CV ਸਾਡੇ ਨਾਲ ਸ਼ੇਅਰ ਕਰੋ ਤਾਂ ਕਿ ਮੈਂ ਅਸੈਸਮੈਂਟ ਕਰ ਪਾਵਾਂ ਪਰਸਨਲੀ ਕਿ ਬੈਸਟ ਕੀ ਹੋ ਸਕਦਾ। ਮੈਂ ਸਟੱਡੀ ਦੀ ਵੀ ਅਸੈਸਮੈਂਟ ਕਰਾਂਗਾ ਜੀ, ਮੈਂ ਪਰਮਾਨੈਂਟ ਰੈਜ਼ੀਡੈਂਸੀ ਦੀ ਵੀ ਅਸੈਸਮੈਂਟ ਕਰਾਂਗਾ, ਦੈਨ ਡੈਫੀਨੇਟਲੀ ਵਿਲ ਲੈਟ ਯੂ ਨੋ ਕਿ ਬੈਸਟ ਕੀ ਹੈ। ਅਗਰ ਪਰਮਾਨੈਂਟ ਰੈਜ਼ੀਡੈਂਸੀ ਹੋਏਗੀ, ਦੇਖੋ ਘੱਟ ਪੈਸਿਆਂ ਦੇ ਵਿੱਚ ਪਰ ਟਾਈਮ ਜ਼ਿਆਦਾ ਲਾ ਕੇ ਹੋ ਜਾਏਗਾ, ਅਗਰ ਸਟੱਡੀ ਹੋਏਗਾ ਘੱਟ ਟਾਈਮ ਦੇ ਵਿੱਚ ਵੱਧ ਪੈਸੇ ਲੱਗਦੇ ਤੇ ਸਟੱਡੀ ਹੋ ਜਾਏਗਾ। ਰਾਈਟ, ਚਲੋ ਥੈਂਕ ਯੂ ਵੈਰੀ ਮੱਚ ਐਂਡ ਆਈਲ ਵੇਟ ਫਾਰ ਯੂਰ CV ਰਾਈਟ। ਥੈਂਕ ਯੂ ਜੀ, ਥੈਂਕ ਯੂ। ਸੋ ਇਸੇ ਤਰ੍ਹਾਂ ਸਟੂਡੈਂਟ ਕਈ ਵਾਰੀ ਸਟੂਡੈਂਟ ਵੀਜ਼ਾ ਲਈ ਵੇਖ ਰਹੇ ਹੁੰਦੇ ਨੇ ਬਟ ਦੇ ਆਰ ਐਲੀਜੀਬਲ ਫੋਰ ਦਾ ਪਰਮਾਨੈਂਟ ਰੈਜ਼ੀਡੈਂਸੀ, ਤਾਂ ਤੁਸੀਂ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਫੋਰ PR ਥਿੰਗ ਐਂਡ ਡੈਫੀਨੇਟਲੀ ਅਸੀਂ ਤੁਹਾਨੂੰ ਗਾਈਡ ਕਰਾਂਗੇ। ਜੇ ਤੁਹਾਡੀ ਐਲੀਜੀਬਿਲਿਟੀ ਬਣਦੀ ਹੈ ਫੋਰ ਟੂਰਿਸਟ ਵੀਜ਼ਾ ਜਾਂ ਸਟੱਡੀ ਵੀਜ਼ਾ ਜਾਂ ਪਰਮਾਨੈਂਟ ਰੈਜ਼ੀਡੈਂਸੀ, ਅਸੀਂ ਤੁਹਾਨੂੰ ਗਾਈਡ ਕਰਾਂਗੇ ਕਿ ਬੈਸਟ ਕੀ ਹੈ ਤੁਹਾਡੇ ਲਈ ਆਫਟਰ ਦਾ ਅਸੈਸਮੈਂਟ ਆਫ ਯੂਰ ਡਾਕੂਮੈਂਟਸ। ਕਾਲ ਹੋਰ ਆ ਰਹੀ ਹੈ ਜੀ, ਲੈ ਲੈਂਦੇ ਕਾਲ ਇੱਕ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਸਰ, ਤੁਹਾਡੀ ਲਾਈਵ ਕਾਲ ਚੱਲ ਰਹੀ ਹੈ ਸਰ, ਦੱਸੋ। ਸਰ ਐਕਚੁਅਲੀ ਨਾ ਮੈਨੂੰ ਪਤਾ ਲੱਗਣਾ ਸੀ, ਮੈਨੇ ਬੀਟੈਕ ਕਰੀ ਹੋਈ ਹੈ 2017 ਮੈਂ ਐਕਚੁਅਲੀ ਬੈਕਵਰਡ ਜੀ। ਉਸ ਕੇ ਬਾਅਦ ਮੈਨੇ ਆਈਟ ਕੀਤਾ ਤਾਂ ਆਈਟ ਸੇ ਮੇਰੇ ਓਵਰਆਲ ਸਕੋਰ ਜੋ ਹੈ ਵੋ 7 ਹੈ, ਨਾਟ ਲੈਸ ਦੈਨ 6.5। ਰਾਈਟ ਸਰ। ਕਹਾਂ ਸੇ ਕਰਾ ਯੂਨੀਵਰਸਿਟੀ ਕੈਨੇਡਾ ਵੈਸਟ ਕੇ ਲੀਏ? ਕੈਨੇਡਾ ਵੈਸਟ ਕੇ ਲੀਏ। ਦੇਖਿਏ, ਜੋ MBA ਹੈ, ਐਨੀ ਗ੍ਰੈਜੂਏਟ ਕੈਨ ਡੂ ਐਂਡ 100% ਰੈਲੀਵੈਂਸੀ ਇਜ਼ ਦੇਅਰ। ਐਂਡ ਆਈ ਐਮ ਸ਼ੋਰ ਕਿ ਆਪਕੋ ਬਤਾਇਆ ਗਿਆ ਹੋਗਾ ਆਪਕੀ ਕੰਸਲਟੈਂਸੀ ਕੇ ਥਰੂ ਕਿ ਆਪ ਪਹਿਲੇ MBA ਐਫ ਕਰੇਂਗੇ, ਮਾਸਟਰ ਇਸ ਬਿਜ਼ਨਸ ਫਾਊਂਡੇਸ਼ਨ ਕਰੇਂਗੇ, ਫਾਊਂਡੇਸ਼ਨ ਕੇ ਬਾਅਦ ਆਪ MBA ਕੇ ਲਈ ਜਾਏਂਗੇ। ਰਾਈਟ ਰਾਈਟ ਸਰ। ਔਰ ਕਿ ਜੋ ਮੈਂ ਸੈਲੋ ਆਇਆ ਹੋਇਆ ਉਸ ਤੇ ਕੋਚ ਲੋ ਆਇਆ ਹੋਇਆ ਉਸ ਤੋਂ ਪਹਿਲੇ ਫਾਊਂਡੇਸ਼ਨ ਕੇ ਲਈ ਹੀ ਆਇਆ ਹੋਇਆ। ਕਰੈਕਟ। ਔਰ ਜਬ ਆਪ ਫਾਊਂਡੇਸ਼ਨ ਪੜ੍ਹਤੇ ਹੋ ਪਹਿਲੇ ਤੋ ਦੈਟ ਇਜ਼ ਅ ਰੈਲੀਵੈਂਸੀ ਔਰ ਵੱਧ ਜਾਂਦੀ ਹੈ, ਕੋਈ ਪ੍ਰੋਬਲਮ ਨਹੀਂ ਹੈ। ਔਰ ਬਟ ਮੈਂ ਆਪਸੇ ਇੱਕ ਚੀਜ਼ ਔਰ ਪੁੱਛਣਾ ਚਾਹਤਾ ਹੂੰ, ਆਪਕੋ ਆਪਕੇ ਪਰਸੈਂਟੇਜ ਕਿਤਨੇ ਹੈ ਬੀਟੈਕ ਮੇ? 65। ਤੋ ਆਪਕੋ ਕੁਛ ਸਕਾਲਰਸ਼ਿਪ ਮਿਲਾ ਹੈ? ਸਕਾਲਰਸ਼ਿਪ ਸਰ ਫੀਸ ਮੈਂ ਉਹ ਮਿਲਾ ਹੈ, ਕਿਆ ਕਹਤੇ ਥੋੜਾ ਜੋ ਪੈਸੇ 3000 ਡਿਸਕਾਊਂਟ। ਦੇਖੋ ਵੋ ਤੋ ਸਭ ਕੋ ਹੀ ਮਿਲ ਰਹਾ ਹੈ ਕਿਉਂਕਿ ਆਜ ਕੀ ਡੇਟ ਮੇ 17500 ਫੀਸ ਆ ਰਹੀ ਹੈ, ਵੈਸੇ 21500 ਹੈ ਰਾਈਟ। ਬਟ ਆਪਕੋ ਕੋਈ ਸਕਾਲਰਸ਼ਿਪ, ਐਡੀਸ਼ਨਲ ਸਕਾਲਰਸ਼ਿਪ ਆਪਨੇ ਕੋਈ ਫਾਰਮ ਭਰਾ ਥਾ? ਓਕੇ, ਸੋ ਮੇਕ ਸ਼ੋਰ ਆਪ ਇੱਕ ਵਾਰ ਆਪਣੇ ਕੰਸਲਟੈਂਟ ਸੇ ਕੰਟੈਕਟ ਕੀਜੀਏ,
There is a one scholarship form for MBA students और जिसमें वो up to 10,000 scholarship के लिए जा सकते हैं. उसमें आपको 500 word का essay write करना होता है. If you can do write it well, then आप scholarship के लिए eligible हो जाते हो. अच्छा. जी. देखिए बेसिकली आपने क्या स्टार्ट किया, आपने पहले एक डिप्लोमा लिया था राइट, जो आपने इससे पहले लिया था. राइट नाउ यू आर गोइंग फॉर अ मास्टर डिग्री. वैसे ही आपका जो आपको इसी पॉइंट को ज्यादा एलैबोरेट करना होगा ना अपनी एसओपी में राइट. या कि मतलब अभी पहले मास्टर्स था तो पहले डिप्लोमा लिया था, अब मास्टर्स लिया है और उस पे मैं आगे. बिल्कुल बिल्कुल, बिकॉज़ आपका जो फोकस है दैट इज ओनली स्टडी और बेस्ट राइट. तो आप मास्टर्स के लिए जाएंगे देन दैट इज द रीजन कि आप एक अच्छी एजुकेशन के लिए जा रहे हैं. नाउ पहले आपने कॉलेज में एडमिशन लिया, नाउ यू गॉट एडमिशन इन अ यूनिवर्सिटी एंड मोर ओवर आपको कुछ स्कॉलरशिप भी मिला. तो मतलब ये सारे जो प्लस पॉइंट है ये आप एलैबोरेट कर सकते हो अपनी एसओपी में. थैंक यू. सो इसी तरह बहुत सारी कंफ्यूजन, तो मैं चाहूंगा कि तुम स्टूडेंट्स बचाए कि तो भी अप्लाई किया था वंस दे कैन टेक टॉक टू अस एंड असी उन्होंने गाइड करांगे जो बेस्ट हो सकता है स्टेटमेंट ऑफ पर्पस नहीं भी अगर कितने कोई स्कॉलरशिप एलिजिबल है देन वी कैन गाइड देम एंड द न्यू स्टूडेंट जो अप्लाई करना चाहते हैं वेरी फर्स्ट स्टेज वी कैन अप्लाई विद द स्कॉलरशिप इफ दे आर एलिजिबल फॉर द एनी काइंड ऑफ स्कॉलरशिप डेफिनेटली विल टेक अप. एंड सो आज दे मेरे इस लाइव सेशन दे विच एंड आई थैंक यू वेरी मच. एंड मैं तुम्हें आज अपडेट देता कि ऑस्ट्रेलियन एम्बेसी दे 5 अपडेट्स है ने और मोर ओवर मैं थोड़ा शेयर किया कि कनाडा कॉलेज इज रेडी टू रिफंड योर फीस 100% इफ यू गॉट अ रिफ्यूजल इन द सेकंड स्टेज. सो आई एम श्योर दिस इंफॉर्मेशन विल हेल्प यू इन फ्यूचर. एंड तुसी साडे नाल जुड़े रह सकते हो हमेशा ऑनलाइन लाइव दे विच और साडे नाल गलबात कर सकते हो, अपनी क्वेरीज नु क्लियर कर सकते हो. जे तुसी अपनी प्रोफाइल दी असेसमेंट कराना चाहते हो, स्टिल कंफ्यूज चल रहे हो, ऑप्शन लेना चाहते हो तो 90413 90412 ते कॉल करना ना भूलो. अपने डॉक्यूमेंट दी असेसमेंट करा सकते हो info@landmarkimmigration.com ते. सो थैंक यू वेरी मच. सत श्री अकाल सारे नु. नेक्स्ट लाइव दे विच फिर हाजिर होऊंगा. थैंक यू वेरी मच.